ਜੋ ਚਮੜੀ ਰੋਗ ਨੇ ਇਹਨਾਂ ਦਾ ਇਲਾਜ ਤਾਂ ਬਹੁਤ ਸਾਲਾਂ ਤੋਂ ਮੈਂ 35 ਸਾਲ ਤੋਂ ਹੀ ਕਰ ਰਿਹਾ ਮੋਹਨ ਦੀ ਉਸਾਰ ਹਸਪਤਾਲ ਵਿੱਚ, ਪਰ ਜਿਹੜੀਆਂ ਤਕਨੀਕਾਂ ਨੇ ਬੜੀਆਂ ਚੇਂਜ ਹੋ ਗਈਆਂ, ਨਵੀਆਂ ਨਵੇਂ ਲੇਜ਼ਰ ਆ ਗਏ, ਨਵੀਆਂ ਮਸ਼ੀਨਾਂ ਆ ਗਈਆਂ ਔਰ ਲੋਕਾਂ ਨੇ ਐਕਸੈਪਟ ਕਰ ਲਿਆ ਇਹਨੂੰ। ਪਹਿਲਾਂ ਅਸੀਂ ਕੋਈ ਵੀ ਗੱਲ ਕਰਦੇ ਸੀ ਨਾ ਕਿਸੇ ਨੂੰ, ਲੋਕ ਕਹਿੰਦੇ ਜੀ ਪੱਕਾ ਇਲਾਜ ਕੀ ਹੈ, ਜਿਹੜੇ ਪੇਸ਼ੈਂਟਸ ਜਿਨ੍ਹਾਂ ਦੇ ਵਾਲ ਪਿੱਛੇ ਘੱਟ ਨੇ, ਕਿ ਉਹ ਕਹਿੰਦੇ ਪਿਛਲੇ ਵਾਲ ਕਦੀ ਨਹੀਂ ਝੜਦੇ, ਇਹ ਪਰਮਾਨੈਂਟ ਹੁੰਦੇ ਆ, ਅਗਲੇ ਵਾਲ ਝੜ ਜਾਂਦੇ, ਹਾਰਮੋਨਸ ਦਾ ਚੱਕਰ ਐਸਾ ਹੈ। ਅਤੇ ਉਹਨਾਂ 'ਚ ਅਸੀਂ ਕੀ ਕਰਦੇ ਹਾਂ, ਛਾਤੀ ਦੇ ਵਾਲ ਵੀ ਲਾ ਦਿੰਦੇ ਹਾਂ। ਲੋਕਾਂ ਦੀਆਂ ਅੱਖਾਂ ਦੇ ਉੱਪਰ ਫੈਟ ਡਿਪੋਜ਼ਿਟ ਹੋ ਜਾਂਦਾ ਹੈ, ਜਿਹਨੂੰ ਆਪਾਂ ਕਹਿੰਦੇ ਚਰਬੀ ਜੰਮ ਗਈ, ਜਾਂ ਕਿਸੇ ਦੇ ਮੌਕੇ ਨੇ, ਕਿਸੇ ਦਾ ਮੋਲ ਹੈ। ਇਹਦੇ ਲਈ ਇੱਕ ਲੇਜ਼ਰ ਟੈਕਨੀਕ ਹੈ ਔਰ ਇੱਕ 'ਚ ਐਲੀਮੈਂਟ ਰੇਡੀਓ ਫ੍ਰੀਕੁਐਂਸੀ ਹੈ। ਪਿਛਲੇ 35 ਸਾਲ ਤੋਂ ਦੇਖ ਰਹੇ ਹਾਂ ਕਿ ਫੁਲਬੈਡੀ ਦੇ ਟ੍ਰੀਟਮੈਂਟ 'ਚ ਵੀ ਨਾ ਬਹੁਤ ਚੇਂਜ ਆਈਆਂ ਨੇ, ਨਵੀਆਂ ਦਵਾਈਆਂ ਆਈਆਂ ਨੇ। ਜੇ ਜਿਹੜੀ ਫੁਲਬੈਰੀ ਰੁਕ ਜਾਂਦੀ ਹੈ 6 ਮਹੀਨੇ ਤੋਂ ਲੈ ਕੇ 1 ਸਾਲ 'ਚ, ਇਹਨਾਂ ਵਧੇ ਨਾ ਘਟੇ, ਤਾਂ ਫਿਰ ਸਰਜੀਕਲ ਇਲਾਜ ਬੜਾ ਪੋਸੀਬਲ ਹੈ। ਜਿਹੜੇ ਟ੍ਰਾਂਸਪਲਾਂਟ ਦੇ ਕੈਂਡੀਡੇਟ ਨਹੀਂ ਹੈ, ਜਿਹਨਾਂ ਦੇ ਹਲਕੇ ਫੁਲਕੇ ਵਾਲ ਝੜੇ ਹੈ, ਉਹਨਾਂ ਨੂੰ ਦਵਾਈਆਂ ਦਿੱਤੀਆਂ, ਨਹੀਂ ਫਾਇਦਾ ਹੋਇਆ, ਤਾਂ ਉਹਨਾਂ ਦੀ PRP ਪਲੇਟਲੈਟ ਵਿੱਚ ਪਲਾਜ਼ਮਾ ਕਰਨਾ ਪੈਂਦਾ ਹੈ। PRP ਦਾ ਇਹ ਫਾਇਦਾ ਹੋਏਗਾ ਕਿ ਤੁਹਾਡੇ ਪਲੇਟਲੈਟ ਕੱਢ ਕੇ ਲਾਣੇ ਆ, ਕੋਈ ਸਾਈਡ ਇਫੈਕਟ ਨਹੀਂ, ਕਿਉਂਕਿ ਪਿੰਪਲਸ ਹੁੰਦੇ ਆ, ਲੋਕ ਨਾਰੀਅਲ ਤੇਲ ਮਾਰਨ ਲੱਗ ਜਾਂਦੇ ਆ। ਹੁਣ ਨਾਰੀਅਲ ਤੇਲ ਤਾਂ ਪਿੰਪਲ ਦੇ ਉੱਪਰ ਲਗਾਓਗੇ ਤਾਂ ਹੋਰ ਕਲੋਗ ਹੋ ਜਾਏਗੇ, ਕਿਉਂਕਿ ਜਿਹਦੇ ਸਿੱਕਰੀ ਹੈ ਨਾ, ਲੋਕ ਉਹਦੇ ਤੇਲ ਲਾ ਕੇ ਹਟ ਜਾਏਗੀ, ਪਰ ਉਹ ਇੱਕ ਫੰਗਸ ਹੈ, ਉਹ 'ਚ ਤੁਹਾਨੂੰ ਕੀਟਾਕੋਨਾਜ਼ੋਲ ਸ਼ੈਂਪੂ ਜਾਂ ਕੁਛ ਵੀ ਤੁਹਾਨੂੰ ਲਗਾਤਾਰ ਕਈ ਮਹੀਨੇ ਸਾਲ ਲਗਾਉਣਾ ਪੈਂਦਾ ਔਰ ਤੇਲ ਮਣਾ ਹੁੰਦਾ। ਸਟੀਰੋਇਡ ਬਹੁਤ ਲਗਾਉਂਦੇ ਆ ਫੇਸ 'ਤੇ, ਉਹ ਇੰਨਾ ਜ਼ਿਆਦਾ ਹੋ ਗਿਆ। ਪੁੱਛੋ ਕਿੰਨੇ ਕਿਹਾ ਸੀ, ਸਹੇਲੀ ਨੇ ਕਿਹਾ ਸੀ, ਉਹਨੇ ਕਿਹਾ ਸੀ, ਕੈਮਿਸਟ ਨੇ ਕਿਹਾ ਸੀ। ਮੈਂ ਕਿਹਾ ਵੀ ਕੈਮਿਸਟ ਤਾਂ ਦਵਾਈਆਂ ਦੇਣ ਵਾਲਾ, ਡਾਕਟਰ ਨਹੀਂ ਹੈ ਉਹ। ਸਤਿ ਸ਼੍ਰੀ ਅਕਾਲ, ਲੁਧਿਆਣਾ ਟਾਈਮਸ ਦੇਖ ਰਹੇ ਹੋ ਤੁਸੀਂ, ਮੈਂ ਹਾਂ ਪ੍ਰਬਲੀਨ ਕੌਰ। ਇਸ ਟਾਈਮ ਸਾਡੇ ਨਾਲ ਡਾਕਟਰ ਗੁਰਿੰਦਰਜੀਤ ਸਿੰਘ ਪੂਰੀ ਜੀ ਮੌਜੂਦ ਨੇ। ਮੋਹਨ ਦਾਈ ਓਸਵਾਲ ਹਸਪਤਾਲ ਦੇ ਵਿੱਚ ਪਿੱਛੇ ਲੰਬੇ ਅਰਸੇ ਤੋਂ ਜਿਹੜਾ ਇਹਨਾਂ ਦੀ ਸਰਵਿਸਿਸ ਦੇ ਰਹੇ ਨੇ ਔਰ ਬਹੁਤ ਸਾਰੇ ਪੇਸ਼ੈਂਟਸ ਜਿਹੜੇ ਨੇ ਇਹਨਾਂ ਤੋਂ ਸੈਟਿਸਫਾਈ ਹੋ ਕੇ ਜਾਂਦੇ ਨੇ। ਜੇਕਰ ਚਮੜੀ ਦੇ ਰੋਗਾਂ ਦੀ ਗੱਲਬਾਤ ਕੀਤੀ ਜਾਵੇ, ਸਕਿਨ ਦੀਆਂ ਐਡਵਾਂਸ ਟੈਕਨੋਲੋਜੀਜ਼ ਦੀ ਗੱਲਬਾਤ ਕੀਤੀ ਜਾਵੇ, ਤਾਂ ਸਭ ਤੋਂ ਪਹਿਲਾਂ ਨਾਮ ਡਾਕਟਰ ਦਾ ਆਉਂਦਾ। ਤਾਂ ਅੱਜ ਕੁਝ ਇਹੋ ਜਿਹੇ ਟੋਪਿਕਸ 'ਤੇ ਡਿਸਕਸ਼ਨ ਕਰਾਂਗੇ ਜੋ ਸ਼ਾਇਦ ਤੁਹਾਡੇ ਸਵਾਲ ਹੋਣਗੇ, ਅਤੇ ਇਸ ਇੰਟਰਵਿਊ ਦੇ ਵਿੱਚ, ਇਸ ਵੀਡੀਓ ਦੇ ਵਿੱਚ ਤੁਹਾਨੂੰ ਉਹਨਾਂ ਸਾਰੀ ਚੀਜ਼ਾਂ ਦੇ ਜਵਾਬ ਵੀ ਜਿਹੜੇ ਨੇ ਮਿਲ ਸਕਦੇ ਨੇ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਸਰ, ਬਹੁਤ ਸਾਰੀਆਂ ਟੈਕਨੋਲੋਜੀਜ਼ ਟਾਈਮਲੀ ਆਉਂਦੀਆਂ ਜਾ ਰਹੀਆਂ ਨੇ ਔਰ ਸਕਿਨ ਦਾ ਅਗਰ ਦੇਖਿਆ ਜਾਵੇ, ਹਰ ਕੋਈ ਇੰਨਾ ਕੁ ਜ਼ਿਆਦਾ ਕਹਿ ਲਓ ਕੰਸਲਟ ਕਰਨਾ ਚਾਹੁੰਦਾ, ਤਾਂ ਵਧੀਆ ਤੋਂ ਵਧੀਆ ਪ੍ਰੋਫੈਸ਼ਨਲਸ ਕੋਲ ਜਾਂਦਾ। ਤੁਸੀਂ ਐਡਵਾਂਸ ਟੈਕਨੋਲੋਜੀਜ਼ ਨੂੰ ਲੈ ਕੇ ਕੀ ਕਹਿਣਾ ਚਾਹੁੰਦੇ? ਜੋ ਚਮੜੀ ਰੋਗ ਨੇ ਇਹਨਾਂ ਦਾ ਇਲਾਜ ਤਾਂ ਬਹੁਤ ਸਾਲਾਂ ਤੋਂ ਮੈਂ 35 ਸਾਲ ਤੋਂ ਹੀ ਕਰ ਰਿਹਾ ਮੋਹਨ ਦੀ ਉਸਾਰ ਹਸਪਤਾਲ ਵਿੱਚ, ਪਰ ਜਿਹੜੀਆਂ ਟੈਕਨੀਕਸ ਨੇ, ਤਕਨੀਕਾਂ ਨੇ ਬੜੀਆਂ ਚੇਂਜ ਹੋ ਗਈਆਂ, ਖਾਸ ਕਰ ਪਿਛਲੇ 10 ਸਾਲਾਂ ਦੇ ਵਿੱਚ। ਮਤਲਬ ਇੰਨੀਆਂ ਨਵੀਆਂ ਚੀਜ਼ਾਂ ਆ ਗਈਆਂ ਕਿ ਜੋ ਪੁਰਾਣੀਆਂ ਚੀਜ਼ਾਂ ਨੇ ਉਹ ਬਿਲਕੁਲ ਹੀ ਬੰਦ ਕਰਨੀਆਂ ਪਈਆਂ ਸਾਨੂੰ। ਔਰ ਜਿੰਨੀ ਤਰੱਕੀ ਸਕਿਨ ਦੇ ਟ੍ਰੀਟਮੈਂਟ ਦੇ ਵਿੱਚ ਹੋਈ ਹੈ, ਮੇਰਾ ਨਹੀਂ ਖਿਆਲ ਕਿਸੇ ਹੋਰ ਬ੍ਰਾਂਚ ਵਿੱਚ ਹੋਈ ਹੈ, ਕਿਉਂਕਿ ਅਚਾਨਕ ਇਹਦੇ ਵਿੱਚ ਨਾ ਇੱਕ ਉਛਾਲ ਜਿਹਾ ਆ ਗਿਆ, ਨਵੀਆਂ ਨਵੇਂ ਲੇਜ਼ਰ ਆ ਗਏ, ਨਵੀਆਂ ਮਸ਼ੀਨਾਂ ਆ ਗਈਆਂ ਔਰ ਲੋਕਾਂ ਨੇ ਐਕਸੈਪਟ ਕਰ ਲਿਆ ਇਹਨੂੰ। ਪਹਿਲਾਂ ਅਸੀਂ ਕੋਈ ਵੀ ਗੱਲ ਕਰਦੇ ਸੀ ਨਾ ਕਿਸੇ ਨੂੰ, ਲੋਕ ਕਹਿੰਦੇ ਜੀ ਪੱਕਾ ਇਲਾਜ ਕੀ ਹੈ, ਵੀ ਮੈਂ ਛੋਟੀ ਜਿਹੀ ਇਗਜ਼ਾਮਪਲ ਦਿੰਦਾ, ਜਿਹਦੇ ਮੂੰਹ 'ਤੇ ਝੁਰੜੀਆਂ ਹੁੰਦੀਆਂ, ਉਹ ਸਾਡੇ ਕੋਲ ਪੇਸ਼ੈਂਟ ਆਉਂਦੇ ਆ, ਕਈ NRI ਨੇ, ਕਈ ਇੰਡੀਅਨ ਨੇ, ਉਹ ਕਹਿੰਦੇ ਜੀ ਵਿਆਹ ਹੈਗਾ ਸਾਡੇ ਮੁੰਡੇ ਦਾ, ਸਾਡੀ ਕੁੜੀ ਦਾ, ਲੇਡੀਜ਼ ਨੇ 50 ਸਾਲ ਦੀਆਂ, ਝੁਰੜੀਆਂ ਦਾ ਕੀ ਇਲਾਜ ਹੈ? ਉਹਨਾਂ ਨੂੰ ਮੈਂ ਕਹਿੰਦਾ ਕਿ ਤੁਹਾਡਾ ਬੋਟੋਕਸ ਲੱਗੇਗਾ, 9 ਮਹੀਨੇ ਅਸਰ ਰਹੇਗਾ। ਅੱਗੇ ਲੋਕ ਲਗਵਾਉਂਦੇ ਨਹੀਂ ਸੀ, ਲੋਕ ਕਹਿੰਦੇ ਸੀ ਵੀ 9 ਮਹੀਨੇ ਲਈ ਮੈਂ 15,000 ਰੁਪਇਆ ਖਰਚਾ। ਹੁਣ ਲੋਕਾਂ ਨੂੰ ਇਹ ਵੀ ਕੋਲੋ ਮੂਵੀ ਵਧੀਆ ਬਣ ਜਾਏ, 8-9 ਮਹੀਨੇ, ਉਦੋਂ ਬਾਅਦ ਫਿਰ ਜੇ ਲਵਾਉਣਾ ਹੋਇਆ ਲਵਾ ਲਾਂਗੇ, ਨਹੀਂ ਲਵਾਵਾਂਗੇ ਤਾਂ ਉੱਥੇ ਬਰਾਬਰ ਆ ਜਾਣਗੇ, ਉਸ ਤੋਂ ਥੱਲੇ ਨਹੀਂ ਜਾਣਗੀਆਂ। ਹੋ ਸਕਦਾ ਕਿ 10-20% ਇਲਾਜ ਪੱਕਾ ਵੀ ਹੋ ਜਾਏ ਉਹਦੇ 'ਚ। ਅਤੇ ਕਈਆਂ ਦੇ ਹੁੰਦੇ ਸੀ ਵੀ ਫਿਲਰ, ਜਿਵੇਂ ਆਪਾਂ ਬੈਠੇ ਹਾਂ, ਦੋ ਤਰ੍ਹਾਂ ਦੀਆਂ ਝੁਰੜੀਆਂ ਨੇ,
ਇੱਕ ਤਾਂ ਜਿਹੜੀਆਂ ਆਪਣੇ ਹਾਵ ਭਾਵ ਦੇ ਨਾਲ ਸਾਡੇ ਇਮੋਸ਼ਨਸ ਨਾਲ ਮੱਥੇ ਦੀਆਂ ਜਾਂ ਇੱਦਾਂ ਦੀਆਂ, ਮਤਲਬ ਜਦੋਂ ਹੱਸਦੇ ਹਾਂ ਉਦੋਂ ਜਿਹੜੀਆਂ ਕਰੋ ਫੀਟ ਹੁੰਦੀਆਂ ਨੇ ਅੱਖਾਂ ਦੇ ਆਲੇ ਦੁਆਲੇ, ਉਹਦੇ ਲਈ ਤਾਂ ਬੋਟੋਕਸ ਕੰਮ ਕਰਦਾ ਹੈ। ਜਿਹੜੀਆਂ ਬੈਠੇ ਬੈਠੇ ਮੱਥੇ ਦੀਆਂ ਲਾਈਨਾਂ ਦਿਖਦੀਆਂ ਉਹਦੇ ਲਈ ਫਿਲਰ ਕੰਮ ਕਰਦਾ ਹੈ। ਦੋਨੋਂ ਅਲੱਗ ਅਲੱਗ ਨੇ। ਹੁਣ ਤਾਂ ਇਹੋ ਜਿਹੇ ਪੇਸ਼ੈਂਟ ਆਉਂਦੇ ਨੇ ਕਹਿੰਦੇ ਜੀ ਹਫ਼ਤੇ ਬਾਅਦ ਵਿਆਹ ਹੈ ਤਾਂ ਸਾਡੇ ਦੋਨੋਂ ਇੱਕੋ ਵਾਰੀ 'ਚ ਲਾ ਦਿਓ। ਮੈਡੀਕਲੀ ਅਲਾਊਡ ਹੈ ਲਾਉਣਾ, ਅਸੀਂ ਦੋਨੋਂ ਇੱਕੋ ਵਾਰੀ 'ਚ ਲਗਾ ਦਿੰਦੇ ਹਾਂ। ਔਰ ਪੇਸ਼ੈਂਟ ਦੀਆਂ ਜਦੋਂ ਬਾਅਦ 'ਚ ਆਪਣੀਆਂ ਮੂਵੀਜ਼ ਦੇਖਦਾ, ਵੀਡੀਓ ਦੇਖਦਾ ਤਾਂ ਸਾਨੂੰ ਫਿਰ ਪੂਰਾ ਥੈਂਕਸ ਕਰਕੇ ਜਾਂਦੇ ਆ। ਪਰ ਮੈਂ ਵੱਡੀ ਗੱਲ ਕਰਾਂਗਾ ਕਿ ਮੈਂ 88 ਦੇ ਵਿੱਚ ਨਾ ਹੇਅਰ ਟ੍ਰਾਂਸਪਲਾਂਟ ਸ਼ੁਰੂ ਕੀਤਾ ਸੀ ਮੋਹਨਦੀ ਓਸਵਾਲ 'ਚ। ਉਦੋਂ ਨੌਰਥ ਇੰਡੀਆ 'ਚ ਕੋਈ ਨਹੀਂ ਕਰਦਾ ਸੀ। ਸਾਡੇ ਡਾਇਰੈਕਟਰ ਸੀਗੇ ਉੱਥੇ, ਡਾਕਟਰ CM ਸਿੰਘ, ਉਹਨਾਂ ਨੇ ਕਿਹਾ ਵੀ ਅਗਰ ਤੂੰ ਸਕਿੰਨ ਡਿਪਾਰਟਮੈਂਟ ਸੰਭਾਲਣਾ ਤਾਂ ਪਹਿਲੇ ਸਿੱਖ ਕੇ ਆ। ਫਿਰ ਮੈਂ ਦਿੱਲੀ ਜਾ ਕੇ ਇਹਦੀ ਟੈਕਨੀਕ ਸਿੱਖ ਕੇ ਆਇਆ, ਐਕਸਪੈਰੀਮੈਂਟ ਕੀਤੇ ਕੁਛ, ਸਾਨੂੰ ਨਾ ਗਿੰਨੀ ਪਿਕਸ 'ਤੇ ਵੀ ਕਰਨੇ ਪੈਂਦੇ ਆ। ਉਸ ਤੋਂ ਬਾਅਦ ਫਿਰ ਪੇਸ਼ੈਂਟਸ ਉਹਨਾਂ ਨੇ ਆਪ ਮੇਰੇ ਹੱਥ ਨਾਲ ਕਰਵਾਏ ਦਿੱਲੀ, ਫਿਰ ਆ ਕੇ ਮੈਂ ਟੈਕਨੀਕ ਇੱਥੇ ਲੈ ਕੇ ਆਇਆ। ਪਰ ਉਹ ਟੈਕਨੀਕ ਵੀ ਦੇਖੋ, 35 ਸਾਲ ਪੁਰਾਣੀ ਟੈਕਨੀਕ ਟੋਟਲ ਚੇਂਜ ਹੋ ਗਈ। ਅੱਗੇ ਅਸੀਂ 3 ਜਾਂ 4 ਮਿਲੀਮੀਟਰ ਦੇ ਪਿੱਛੋਂ ਲੈ ਕੇ 12 ਦੇ ਟੁਕੜੇ ਅੱਗੇ ਲਗਾਉਂਦੇ ਸੀ। ਉਹ 'ਚ ਇੱਕੋ ਦਿੱਕਤ ਆਉਂਦੀ ਸੀ, ਜਿੰਨੀ ਮਰਜ਼ੀ ਮਿਹਨਤ ਕਰਦੇ ਸੀ ਉਹ ਲੱਗਦੇ ਝੋਨਾ ਲੱਗਿਆ ਹੋਇਆ। ਅਸੀਂ ਉਹਨੂੰ ਛੋਟੇ ਛੋਟੇ ਵੀ ਕਰਕੇ ਦੇਖਿਆ 2.5 ਮਿਲੀਮੀਟਰ ਦੇ, ਪਰ ਉਹ ਦਿੱਕਤ ਆਉਂਦੀ ਸੀ। ਪੇਸ਼ੈਂਟ ਨੂੰ ਲੋਕ ਕਹਿ ਦਿੰਦੇ ਸੀ ਟ੍ਰਾਂਸਪਲਾਂਟ ਕਰਾਇਆ। ਪਿਛਲੇ 15 ਸਾਲ ਤੋਂ ਫਿਰ ਟੈਕਨੀਕ ਚੇਂਜ ਹੋਈ, ਉਹਨੂੰ ਕਹਿੰਦੇ ਫੋਲੀਕੂਲਰ ਯੂਨਿਟ ਐਕਸਟ੍ਰੈਕਸ਼ਨ, ਇੱਕ ਇੱਕ ਵਾਰ ਲੈ ਕੇ ਪਿੱਛੋਂ ਲਾਉਣਾ। ਉਹਦੇ ਲਈ ਸਾਨੂੰ ਹੁਣ 8 ਤੋਂ ਲੈ ਕੇ 10 ਘੰਟੇ ਲੱਗਦੇ ਹੈ। 3,000 ਤੋਂ 4,000 ਗ੍ਰਾਫਟ ਲਗਾਉਂਦੇ ਹਾਂ, ਪਰ ਕੋਈ ਕਹਿ ਨਹੀਂ ਸਕਦਾ ਵੀ ਟ੍ਰਾਂਸਪਲਾਂਟ ਕੀਤਾ ਹੋਇਆ। ਔਰ ਜਿਹੜੇ ਪੇਸ਼ੈਂਟਸ ਜਿਨ੍ਹਾਂ ਦੇ ਵਾਲ ਪਿੱਛੇ ਘੱਟ ਨੇ, ਕਿ ਉਹ ਕਹਿੰਦੇ ਪਿਛਲੇ ਵਾਲ ਕਦੇ ਨਹੀਂ ਝੜਦੇ, ਇਹ ਪਰਮਾਨੈਂਟ ਹੁੰਦੇ ਆ, ਅਗਲੇ ਵਾਲ ਝੜ ਜਾਂਦੇ, ਹਾਰਮੋਨਸ ਦਾ ਚੱਕਰ ਐਸਾ ਹੈ। ਅਤੇ ਉਹਨਾਂ 'ਚ ਅਸੀਂ ਕੀ ਕਰਦੇ ਹਾਂ, ਛਾਤੀ ਦੇ ਵਾਲ ਵੀ ਲਾ ਦਿੰਦੇ ਹਾਂ। ਜਿਨ੍ਹਾਂ ਦੀ ਲੰਬੀ ਦਾੜੀ ਹੈ, ਸਰਦਾਰ ਨੇ ਜਾਂ ਦੂਜੇ ਨੇ, ਉਹਨਾਂ ਦੀ ਦਾੜੀ ਦੇ ਵਾਲ ਵੀ ਦੂਰੋਂ ਦੂਰੋਂ ਲਗਾ ਦਿੰਦੇ ਹਾਂ। ਮਤਲਬ ਅਸੀਂ 3,000-4,000 ਗ੍ਰਾਫਟ ਲਗਾ ਦਿੰਦੇ ਹਾਂ। ਉਹ ਤੋਂ ਬਾਅਦ 6 ਮਹੀਨੇ ਬਾਅਦ ਜਿਹੜੀ ਗਰੋਥ ਹੁੰਦੀ ਹੈ, ਉਹਦੇ 'ਚ ਇਹ ਕੋਈ ਨਹੀਂ ਕਹਿ ਸਕਦਾ ਵੀ ਟ੍ਰਾਂਸਪਲਾਂਟ ਕੀਤਾ। ਇਹ ਸਾਡੀ ਸਭ ਤੋਂ ਵੱਡੀ ਪ੍ਰਾਪਤੀ ਹੈ। ਸਾਇੰਸ ਦੇ ਦੌਰ ਦੇ ਵਿੱਚ ਇੰਨੀ ਤਰੱਕੀ ਜੇ ਸਾਇੰਸ ਨੇ ਕਰ ਲਈ ਹੈ, ਤਾਂ ਮੈਨੂੰ ਲੱਗਦਾ ਕਿ ਹਰ ਇੱਕ ਐਸਪੈਕਟ ਨਾਲ ਇਹਦੇ ਜੁੜਿਆ ਹੋਇਆ। ਅਤੇ ਹੁਣ ਜਿਵੇਂ ਤੁਸੀਂ ਦੱਸਿਆ, ਹੇਅਰ ਟ੍ਰਾਂਸਪਲਾਂਟ ਦੇ ਵਿੱਚ ਵੀ ਬਹੁਤ ਬਦਲਾਵ ਆ ਗਏ ਕਿ ਕੋਈ ਪਛਾਣ ਨਹੀਂ ਸਕਦਾ ਕਿ ਤੁਹਾਡੇ ਅਸਲੀ ਵਾਲ ਨੇ ਜਾਂ ਟ੍ਰਾਂਸਪਲਾਂਟ ਵਾਲ ਨੇ ਜਿਹੜੇ ਵਾਲ ਨੇ ਉਹ ਪਰਮਾਨੈਂਟ ਹੁੰਦੇ ਆ, ਉਹਨਾਂ ਦੀ ਕਟਿੰਗ ਕਰਨੀ ਪੈਂਦੀ ਹੈ। ਅਗਰ ਚਿੱਟੇ ਤੁਹਾਡੇ ਵਾਲ ਹੋਣੇ, ਉਹਨੂੰ ਡਾਈ ਕਰਨਾ ਪੈਂਦਾ, ਮਤਲਬ ਦੇ ਆਰ ਲਾਈਕ ਨੋਰਮਲ ਹੇਅਰ। ਅਤੇ ਕੁਝ ਹੁਣ ਜਿਵੇਂ ਕਈਆਂ ਦੇ ਚਿਹਰੇ 'ਤੇ ਵਾਲ ਹੁੰਦੇ ਆ, ਕਈ ਲੇਡੀਜ਼ ਨੇ, ਕਈ ਆਦਮੀ ਵੀ ਲੜਕੇ ਕਹਿੰਦੇ ਨੇ ਮੇਰੀਆਂ ਗੱਲਾਂ ਦੇ ਉੱਪਰ ਵਾਲ ਨੇ, ਲੇਜ਼ਰ ਕਰਨਾ। ਉਹਨਾਂ ਦੀਆਂ 8 ਤੋਂ 10 ਸਿਟਿੰਗ ਦੇ ਵਿੱਚ ਲੇਜ਼ਰ ਹੋ ਜਾਂਦਾ ਵਾਲਾਂ ਦਾ, ਔਰ ਬਹੁਤ ਵਧੀਆ ਹੋ ਜਾਂਦਾ। ਔਰ ਅੱਜ ਕੱਲ੍ਹ ਨਵੀਆਂ ਮਸ਼ੀਨਾਂ ਦੇ ਨਾਲ ਕੋਈ ਦਾਗ ਵੀ ਨਹੀਂ ਪੈਂਦਾ। ਪਹਿਲਾਂ ਹੁੰਦਾ ਸੀ ਲਾਲੀ ਆ ਜਾਂਦੀ ਸੀ, ਸਕਿਨ ਬਰਨ ਹੋ ਜਾਂਦੀ ਸੀ। ਹੁਣ ਨਵੇਂ ਲੇਜ਼ਰ ਦਾ ਇਹ ਬਹੁਤ ਬੜਾ ਫਾਇਦਾ ਕਿ ਵੀ ਤੁਹਾਨੂੰ ਵਿਦਾਊਟ ਸਾਈਡ ਇਫੈਕਟ ਤੁਹਾਡੇ ਵਾਲ ਉਹਦੇ ਹੁੰਦਾ, ਹਰ ਮਹੀਨੇ ਕਰਨਾ ਪੈਂਦਾ ਲੇਜ਼ਰ, ਕਿਉਂਕਿ ਨਵੀਂ ਗਰੋਥ ਆਉਂਦੀ ਹੈ, ਉਹਨੂੰ ਤੁਸੀਂ ਕੱਢਣਾ ਨਹੀਂ ਹੈ, ਉਹਦਾ ਲੇਜ਼ਰ ਕਰਨਾ। 6 ਜਾਂ 7 ਸਿਟਿੰਗ ਤੋਂ ਬਾਅਦ ਬਹੁਤ ਪੇਸ਼ੈਂਟ ਸੈਟਿਸਫਾਈਡ ਨੇ, ਕਈਆਂ ਨੂੰ 10 ਕਰਨੀਆਂ ਪੈ ਜਾਂਦੀਆਂ। ਪਰ ਉਹ ਵਾਲ ਹਮੇਸ਼ਾ ਲਈ ਚਲੇ ਜਾਂਦੇ ਹੈ, ਉਹਦਾ ਮਤਲਬ ਇਹ ਨਹੀਂ ਕਿ ਵਾਲ 0 ਹੋ ਜਾਂਦੇ ਹੈ। ਹਲਕੇ ਵਾਲ ਜਿਵੇਂ ਨੋਰਮਲ ਰਹਿੰਦੇ ਉਹ ਰਹਿੰਦੇ ਨੇ, ਪਰ ਜਿਵੇਂ ਮੋਟੇ ਵਾਲ ਨੇ ਉਹ ਮੋਟੇ ਵਾਲ ਸਾਰੇ ਚਲੇ ਜਾਂਦੇ ਆ। ਸੋ ਲੇਜ਼ਰ 'ਚ ਵੀ ਨਵੇਂ ਕੂਲ ਗ੍ਰਾਈ ਲੇਜ਼ਰ ਆਏ, NDAG ਆਏ, ਮਤਲਬ ਕਈ ਤਰ੍ਹਾਂ ਦੇ ਲੇਜ਼ਰ ਆਏ ਨੇ ਜਿਹੜੇ ਕਿ ਬਹੁਤ ਇਫੈਕਟਿਵ ਨੇ, ਅਤੇ ਇਸ ਕਰਕੇ ਇਹਦੇ 'ਚ ਵੀ ਬਹੁਤ ਤਰੱਕੀ ਹੋਈ। ਅੱਛਾ, ਇਸ ਤੋਂ ਇਲਾਵਾ ਜਿਵੇਂ ਲੋਕਾਂ ਦੀਆਂ ਅੱਖਾਂ ਦੇ ਉੱਪਰ ਫੈਟ ਡਿਪੋਜ਼ਿਟ ਹੋ ਜਾਂਦਾ ਹੈ, ਜਿਹਨੂੰ ਆਪਾਂ ਕਹਿੰਦੇ ਚਰਬੀ ਜੰਮ ਗਈ, ਜਾਂ ਕਿਸੇ ਦੇ ਮੌਕੇ ਨੇ, ਕਿਸੇ ਦਾ ਮੋਲ ਹੈ, ਇਹਦੇ ਲਈ ਇੱਕ ਲੇਜ਼ਰ ਟੈਕਨੀਕ ਹੈ, ਔਰ ਇੱਕ 'ਚ ਐਲੀਮੈਂਟ ਰੇਡੀਓ ਫ੍ਰੀਕੁਐਂਸੀ ਹੈ। ਉਹਦੇ ਨਾਲ ਅਸੀਂ ਇੱਕੋ ਵਾਰ 'ਚ ਐਲੀਮੈਂਟ ਨਾਲ ਜਦੋਂ ਮੋਲ ਕੱਢ ਦਿੰਦੇ ਹਾਂ, ਜਾਂ ਅੱਖਾਂ ਦੇ ਉੱਪਰ ਚਮੜੀ ਦੀ ਪਰਤ ਲਾ ਦਿੰਦੇ ਹਾਂ ਫੈਟ ਵਾਲੀ, ਤਾਂ ਹੀਲਿੰਗ ਬੜੀ ਵਧੀਆ ਹੋ ਜਾਂਦੀ ਹੈ। ਉਹਨੂੰ ਚਾਰਿੰਗ ਕਹਿੰਦੇ, ਆਲੇ ਦੁਆਲੇ ਉਹਦੇ ਨਾ ਜਲ ਮਤਲਬ ਬਰਨ ਨਹੀਂ ਹੁੰਦਾ। ਜੇ ਅਦਰ ਨਾਲ ਦੀ ਚਮੜੀ ਬਰਨ ਨਹੀਂ ਹੋਏਗੀ ਤਾਂ ਦਾਗ ਨਹੀਂ ਪਏਗਾ। ਸੋ ਇਹ ਵੀ ਨਾ ਬੜੀ ਕੰਟਰੋਲਡ ਤਰ੍ਹਾਂ ਦੀ ਇੱਕ ਸਰਜਰੀ ਸਟਾਰਟ ਹੋਈ ਹੈ, ਜਿਹ 'ਚ ਹਰ ਤਰ੍ਹਾਂ ਦਾ ਮੌਕਾ, ਵਾਟ, ਜ਼ੈਂਥੀ ਲਾਜ਼ਮਾ ਇਹ ਸਾਰੇ ਕੱਢ ਸਕਦੇ ਹਾਂ।
ਅਤੇ ਬਾਕੀ ਮੈਂ ਜਿਹੜਾ ਪਿਛਲੇ 35 ਸਾਲ ਤੋਂ ਦੇਖ ਰਿਹਾ ਕਿ ਫੁਲਬੈਰੀ ਦੇ ਟ੍ਰੀਟਮੈਂਟ 'ਚ ਵੀ ਨਾ ਬਹੁਤ ਚੇਂਜ ਆਈਆਂ ਨੇ, ਨਵੀਆਂ ਦਵਾਈਆਂ ਆਈਆਂ ਨੇ, ਟੋਫਾ ਸਿਟਨੀਬ ਆਈ ਹੈ, ਨਜੈਕ ਨਿਬਡਰ ਕਹਿੰਦੇ ਆ, ਬਹੁਤ ਵਧੀਆ ਟੈਬਲੇਟ ਹੈ ਜਿਹਨਾਂ ਦੇ ਬਾਲਚਰ ਹੁੰਦਾ, ਜਿਹਨਾਂ ਦੇ ਪੂਰੇ ਵਾਲ ਹੀ ਗੰਜੇ ਹੋ ਜਾਂਦੇ ਆ, ਮਤਲਬ ਇੱਕ ਤਾਂ ਖਾਂਦਾ ਨਹੀਂ ਗੰਜਾਪਣ ਹੈ, ਉਹ ਅਲੱਗ ਚੀਜ਼ ਹੈ, ਇੱਕ ਬਾਲਚਰ ਜਿਹਨੂੰ ਕਹਿੰਦੇ ਕੀੜਾ ਲੱਗਿਆ, ਉਹ ਕੀੜਾ ਨਹੀਂ ਹੁੰਦਾ ਵੈਸੇ ਲੋਕਾਂ ਦੇ ਮਨ 'ਚ ਹੈ, ਉਹਦੇ 'ਚ ਵੀ ਨਾ ਕੁਝ ਜੈਕ ਨਿਬਡਰ ਆਏ ਨੇ, ਟੋਫਾ ਸਿਟਨੀਬ ਵਗੈਰਾ, ਉਹ ਡਾਕਟਰੀ ਸਲਾਹ ਵਾਲੀ ਦਵਾਈਆਂ ਲੈਣੀਆਂ, ਉੱਦਾਂ ਨਹੀਂ ਲੈਣੀਆਂ, ਕਿਉਂਕਿ ਉਹ ਤੋਂ ਪਹਿਲਾਂ ਕਾਫੀ ਸਾਰੇ ਟੈਸਟ ਕਰਾਉਣੇ ਪੈਂਦੇ ਹੈ ਤਾਂ ਕਿ ਬੋਡੀ ਨੂੰ ਕੋਈ ਸਾਈਡ ਇਫੈਕਟ ਨਾ ਹੋਵੇ, ਪਰ ਉਹਨਾਂ ਦਵਾਈਆਂ ਨਾਲ ਵੀ ਨਾ ਬਹੁਤ ਫਰਕ ਪੈ ਗਿਆ, ਔਰ ਜਦੋਂ ਤੁਹਾਡੀ ਜਿਹੜੀ ਫੁਲਬੈਰੀ ਹੈ ਰੁਕ ਜਾਂਦੀ ਹੈ 6 ਮਹੀਨੇ ਤੋਂ ਲੈ ਕੇ 1 ਸਾਲ 'ਚ, ਇੰਨਾ ਵਧੇ ਨਾ ਘਟੇ, ਤਾਂ ਫਿਰ ਸਰਜੀਕਲ ਇਲਾਜ ਬੜਾ ਪੋਸੀਬਲ ਹੈ। ਪਹਿਲਾਂ ਅਸੀਂ ਚਮੜੀ ਦੀ ਪਰਤ ਲਾ ਕੇ ਲਗਾਉਂਦੇ ਸੀ, ਹੁਣ ਚਮੜੀ ਦੀ ਪਰਤ ਦੀ ਬਜਾਏ ਨਾ ਉਹਦੇ 'ਚ ਸੈੱਲ ਕੱਢ ਕੇ ਲਾਉਂਦੇ ਹਾਂ, ਉਹਨੂੰ ਕਹਿੰਦੇ ਮਿਲੈਨੋਸਾਈਟ ਟ੍ਰਾਂਸਫਰ, ਵੀ ਚਮੜੀ ਦੇ ਕਾਲੇ ਜਿਹੜੇ ਸੈੱਲ ਨੇ ਜਿਹੜੇ ਪਿਗਮੈਂਟ ਕਰਦੇ ਨੇ, ਰੰਗੀਨ ਸੈੱਲ ਨੇ, ਉਹਨਾਂ ਨੂੰ ਅਸੀਂ ਇੱਕ ਸੈਂਟਰੀਫਿਊਜ ਕਰਕੇ ਇੱਕ ਟ੍ਰਿਪਸਿਨ ਪਾ ਕੇ ਉਹਦੇ 'ਚ ਇਹ ਸੈੱਲਾਂ ਨੂੰ ਤੁਸੀਂ ਉੱਥੇ ਚਮੜੀ ਰਗੜ ਕੇ ਉੱਥੇ ਲਗਾ ਦਿੰਦੇ ਹੋ, ਅਤੇ ਆਫਟਰ 3-4 ਮਹੀਨੇ ਤੋਂ ਬਾਅਦ ਉੱਥੇ ਸੈੱਲ ਜਦੋਂ ਉਹਨੂੰ ਫੜ ਲੈਂਦੇ ਨੇ ਤਾਂ ਉਹ ਚਮੜੀ ਦਾ ਦਾਗ ਭਰ ਜਾਂਦਾ ਹੈ। ਫੁਲਬੈਰੀ ਦਾ ਸਾਰੀਆਂ ਜੀ ਬਹੁਤ ਸਾਰੀਆਂ ਉਹ ਜਿਹੀਆਂ ਚੀਜ਼ਾਂ ਨੇ ਜਿੱਥੇ ਕਿ ਸ਼ਾਇਦ ਤੁਹਾਡੇ ਪੇਸ਼ੈਂਟਸ ਵੀ ਤੁਹਾਡੇ ਕੋਲ ਆਉਂਦੇ ਹੋਣਗੇ, ਕਿਹੜੀ ਕਿਹੜੀ ਚੀਜ਼ਾਂ ਅੱਜ ਕੱਲ੍ਹ ਨਵੀਂ ਟੈਕਨੀਕਸ ਦੀ ਜਿਹੜੀ ਉਹਨਾਂ ਨੂੰ ਨੌਲੇਜ ਤਾਂ ਹੋ ਰਹੀ ਹੈ, ਇੰਟਰਨੈਟ ਸਾਡਾ ਬਹੁਤ ਵੱਡਾ ਕਹਿ ਲਓ ਵਿਦਵਾਨ ਬਣ ਚੁੱਕਿਆ, ਇੰਟਰਨੈਟ 'ਤੇ ਸਰਚ ਕਰਕੇ ਆਪਾਂ ਟ੍ਰੀਟਮੈਂਟਸ ਦੇਖ ਲੈਂਦੇ ਹਾਂ, ਬਟ ਉਹਦੀ ਡੀਪ ਨੌਲੇਜ ਜਿਹੜੀ ਹੈ ਵਿਦਆਊਟ ਪ੍ਰੋਫੈਸ਼ਨਲ ਐਡਵਾਈਸ ਨਹੀਂ ਕਰਵਾਉਣੀ ਚਾਹੀਦੀ। ਅਤੇ ਤੁਹਾਡੇ ਕੋਲ ਕਿਸ ਤਰੀਕੇ ਦੇ ਪੇਸ਼ੈਂਟਸ ਆਉਂਦੇ, ਕਿਹੜਾ ਕਿਹੜਾ ਟ੍ਰੀਟਮੈਂਟ ਦਾ ਨਾਮ ਲੈ ਕੇ ਆਉਂਦੇ, ਕਦੀ ਹੁੰਦਾ ਕਈ ਚੀਜ਼ਾਂ ਹੁੰਦੀਆਂ ਜਿਹੜੀਆਂ ਇੰਟਰਨੈਟ 'ਤੇ ਹੁੰਦੀਆਂ ਜੋ ਸ਼ਾਇਦ ਉਹਨਾਂ ਲਈ ਸਹੀ ਨਹੀਂ ਹੋਣਗੀਆਂ, ਬਟ ਉਹਨਾਂ ਨੂੰ ਲੱਗਦਾ ਕਿ ਅਸੀਂ ਆਪਣੀ ਸਕਿਨ 'ਤੇ ਉਹਨੂੰ ਅਪਲਾਈ ਕਰਵਾ ਲਈਏ। ਬਿਲਕੁਲ, ਹਰ ਪੇਸ਼ੈਂਟ ਕਹੇਗਾ PRP ਕਰ ਦਿਓ ਜੀ, ਉਹਨੂੰ ਕਹਿੰਦੇ ਪਲੇਟਲੈਟ ਰਿਚ ਪਲਾਜ਼ਮਾ, ਤੁਹਾਡਾ ਆਪਣੇ ਹੀ ਪੇਸ਼ੈਂਟ ਦਾ ਬਲੱਡ ਲੈ ਕੇ ਨਾ 8 ml ਉਹ 'ਚੋਂ ਪਲੇਟਲੈਟ ਰਿਚ ਪਲਾਜ਼ਮਾ ਕੱਢ ਦੇਣਾ ਅਤੇ ਉਹ ਤੁਹਾਡੇ ਲਗਾਉਣਾ ਹੈ। ਉਹ ਕਿੰਨਾ ਕੰਮ ਕਰਦਾ ਲੋਕਾਂ ਨੂੰ ਪਤਾ ਨਹੀਂ ਹੁੰਦਾ, ਲੋਕ ਕਹਿੰਦੇ ਜੀ ਉਹਨੂੰ ਤੁਸੀਂ ਸਾਡੇ ਬਹੁਤ ਜ਼ਿਆਦਾ ਸੋਹਣੇਪਣ ਲਈ ਵੀ ਲਾ ਦਿਓ, ਉਹਦੇ ਵੀ ਲਾ ਦਿਓ, ਕੰਮ ਸਾਰਿਆਂ 'ਚ ਕਰਦਾ ਉਹ ਫੇਸ 'ਤੇ ਗਲੋ ਵੀ ਲੈ ਕੇ ਆਏਗਾ, ਪਰ ਲੋਕ ਸੋਚਦੇ ਵੀ ਪਤਾ ਨਹੀਂ ਲਗਾ ਕੇ ਕੀ ਹੋ ਜਾਏਗਾ, ਉਹ ਸਮਝਾਉਣਾ ਪੈਂਦਾ ਵੀ ਮਹੀਨੇ ਮਹੀਨੇ ਬਾਅਦ 6 ਸਿਟਿੰਗ ਤੋਂ ਬਾਅਦ ਰਿਜ਼ਲਟ ਆਏਗਾ, ਤੁਸੀਂ ਇਹ ਨਾ ਸੋਚੋ ਕਿ ਵੀ 1 ਸਿਟਿੰਗ ਤੋਂ ਬਾਅਦ ਆ ਜਾਏਗਾ, ਜਾਂ ਜਿਹਨਾਂ ਦੇ ਵਾਲ ਜਿਹੜੇ ਟ੍ਰਾਂਸਪਲਾਂਟ ਦੇ ਕੈਂਡੀਡੇਟ ਨਹੀਂ ਹੈ, ਜਿਹਨਾਂ ਦੇ ਹਲਕੇ ਫੁਲਕੇ ਵਾਲ ਝੜੇ ਹੈ, ਉਹਨਾਂ ਨੂੰ ਦਵਾਈਆਂ ਦਿੱਤੀਆਂ ਨਹੀਂ ਫਾਇਦਾ ਹੋਇਆ, ਤਾਂ ਉਹਨਾਂ ਦੀ PRP ਪਲੇਟਲੈਟ ਰਿਚ ਪਲਾਜ਼ਮਾ ਕਰਨਾ ਪੈਂਦਾ ਹੈ। PRP ਦਾ ਇਹ ਫਾਇਦਾ ਹੋਏਗਾ ਕਿ ਤੁਹਾਡੇ ਪਲੇਟਲੈਟ ਕੱਢ ਕੇ ਲਾਉਣੇ ਆ, ਕੋਈ ਸਾਈਡ ਇਫੈਕਟ ਨਹੀਂ, ਤਾਂ ਬਲੱਡ ਟੈਸਟ ਕਰਨ ਦੀ ਲੋੜ ਨਹੀਂ, ਕਿਉਂਕਿ ਤੁਹਾਡੇ ਤੁਹਾਨੂੰ ਲੱਗਣੇ ਆ, ਕਿਸੇ ਹੋਰ ਦੇ ਲੱਗਣੇ ਹੋਣਗੇ ਤਾਂ ਤੁਹਾਨੂੰ ਸਾਰਾ ਕੁਝ ਟੈਕਸ ਕਰਾਉਣਾ ਪਏਗਾ, ਜੌਂਡਿਸ ਦਾ, ਏਡਸ ਦਾ, VDRL ਸਾਰੇ ਕਰਾਉਣੇ ਪੈਣਗੇ, ਅਸੀਂ ਕੁਛ ਨਹੀਂ ਕਰਾਉਣਾ, ਤੁਹਾਡੇ ਬਲੱਡ ਲੱਗਣਾ ਹੈ, ਅਤੇ ਉਸ ਤੋਂ ਬਾਅਦ ਉਹਦੀ ਵੀ ਮਹੀਨੇ ਮਹੀਨੇ ਬਾਅਦ ਸਿਟਿੰਗ ਹੁੰਦੀ ਹੈ, ਅਤੇ 4-5 ਸਿਟਿੰਗ ਤੋਂ ਬਾਅਦ ਵਾਲਾ ਕਾਫੀ ਆ ਜਾਂਦੇ ਆ, ਉਹ 'ਚ ਗਰੋਥ ਫੈਕਟਰ ਹੁੰਦੇ ਆ ਜਿਹੜੇ ਤੁਹਾਡੇ ਬੋਡੀ ਦੇ ਗਰੋਥ ਫੈਕਟਰ, ਉਹ ਅਸੀਂ ਉਹਨਾਂ ਨੂੰ ਇੱਕ ਤਰ੍ਹਾਂ ਨਾਲ ਇਕੱਠੇ ਕਰਕੇ ਕੰਸਟਰੇਟ ਕਰਕੇ ਲਗਾ ਦਿੰਦੇ ਹਾਂ, ਅਤੇ ਉਹ ਮਤਲਬ ਵਾਲਾਂ ਦੇ ਆਧੁਨਿਕ ਇਲਾਜ ਦੇ ਵਿੱਚ PRP ਦਾ ਵੀ ਬਹੁਤ ਰੋਲ ਹੈ ਪਲੇਟਲੈਟ ਰਿਚ ਪਲਾਜ਼ਮਾ ਦਾ। ਅਸੀਂ ਬਹੁਤ ਸਾਰੇ ਪੇਸ਼ੈਂਟ ਕਰਦੇ ਹਾਂ ਔਰ ਪੇਸ਼ੈਂਟ ਇਸ ਗੱਲ ਨਾਲ ਖੁਸ਼ ਨੇ, ਅਤੇ ਕਈਆਂ ਦੇ ਮੂੰਹ ਦੇ ਉੱਤੇ ਜਿਹੜੇ ਪਿੰਪਲ ਦੇ ਦਾਗ ਨੇ, ਉਹਨਾਂ ਲਈ ਡੂੰਘੇ ਦਾਗ ਨੇ, ਉਹ ਡੂੰਘੇ ਦਾਗ ਨਾ ਕੈਮੀਕਲ ਪੀਲਿੰਗ ਨਾਲ ਨਹੀਂ ਜਾਂਦੇ, ਬਹੁਤ ਲੋਕ ਕਹਿਣਗੇ ਜੀ ਕੈਮੀਕਲ ਪੀਲਿੰਗ ਕਰ ਦਿਓ, ਕੈਮੀਕਲ ਪੀਲਿੰਗ ਕੰਮ ਕਰੇਗੀ ਸ਼ਾਈਆਂ ਵਿੱਚ, ਜਾਂ ਜਿਹੜੇ ਪਿੰਪਲਸ ਹੈਗੇ ਨੇ ਇਸ ਵੇਲੇ ਜਿਹੜੀ ਯੈਲੋ ਪੀਲ ਹੈ ਇੱਕ ਬਹੁਤ ਵਧੀਆ ਉਹ ਕਰਦੀ ਹੈ ਸ਼ਾਈਆਂ 'ਚ, ਬਲੈਕ ਪੀਲ ਕਰਦੀ ਹੈ ਪਿੰਪਲ ਨੂੰ ਠੀਕ ਕਰਨ 'ਚ, ਪਰ ਜਦੋਂ ਖੱਡੇ ਬਣ ਗਏ ਆਈਸ ਪਿਕ ਸਕਾਰ, ਜਿਵੇਂ ਆਪਾਂ ਸੂਆ ਮਾਰਦੇ ਸੀ ਪਹਿਲਾਂ ਬਰਫ਼ ਦੇ ਵਿੱਚ, ਆਈਸ ਪਿਕ ਸਕਾਰ ਉੱਦਾਂ ਦੇ ਨੇ, ਉਹਦੇ ਲਈ ਤਾਂ ਤੁਹਾਨੂੰ ਡਰਮਾ ਪੈਨ ਜਾਂ ਡਰਮਾ ਰੋਲਰ ਯੂਜ਼ ਕਰਨਾ ਪੈਂਦਾ ਹੈ, ਉਹਦੇ ਲਈ ਤੁਸੀਂ ਗਰੋਥ ਫੈਕਟਰ ਵੀ ਯੂਜ਼ ਕਰ ਸਕਦੇ ਹੋ, ਪਹਿਲਾਂ ਸਕਿਨ ਦੇ ਉੱਤੇ ਤੁਸੀਂ ਉਹਨੂੰ ਇੱਕ ਨੰਬਿੰਗ ਕਰੀਮ ਲਾਉਣੀ ਹੈ ਜਿਹੜੀ ਸੁੰਨ ਕਰੇ, ਉਹ 2 ਘੰਟੇ ਲਗਾਓ, 1.5 ਜਾਂ 2 ਘੰਟੇ ਦੇ ਵਿੱਚ ਤੁਹਾਡੀ ਚਮੜੀ ਬਿਲਕੁਲ ਸੁੰਨ ਹੋ ਜਾਂਦੀ ਹੈ, ਟੀਕੇ ਲਾਉਣ ਦੀ ਲੋੜ ਨਹੀਂ, ਉਸ ਤੋਂ ਬਾਅਦ ਇੱਕ ਡਰਮਾ ਰੋਲਰ ਹੁੰਦਾ ਗੋਲ ਜਿਹਾ, ਉਹਨੂੰ ਫੇਰੋ, ਜਾਂ ਡਰਮਾ ਪੈਨ ਉਹਦੇ ਜਿਹੇ 'ਚ ਸੂਈਆਂ ਹੁੰਦੀਆਂ ਨੇ, ਉਹ ਜਿਹੜੀਆਂ ਸੂਈਆਂ ਨੇ ਅੰਦਰ ਬਾਹਰ ਜਾਂਦੀਆਂ ਹੈ, ਉਹਦਾ ਫਾਇਦਾ ਇਹ ਹੁੰਦਾ ਸੂਈਆਂ ਦਾ ਕਿ ਵੀ ਉਹ ਸੂਈਆਂ ਜਦੋਂ ਜਾਣੀਆਂ ਤਾਂ ਉਹ
ਅੰਦਰ ਉਹਨਾਂ ਨੇ ਤੁਹਾਡੀ ਚਮੜੀ ਦੇ ਵਿੱਚ ਕੋਲੇਜਨ ਦੇ ਵਿੱਚ ਮੂਰੀਆਂ ਕਰਨੀਆਂ, ਅਤੇ ਉਹ ਕੋਲੇਜਨ ਜਿਹੜਾ ਹੈ ਉਹ ਕੋਲੇਜਨ ਜਦੋਂ ਉੱਪਰ ਆ ਜਾਂਦਾ ਹੈ, ਜਦੋਂ ਹੀਲਿੰਗ ਹੋ ਜਾਂਦੀ ਹੈ, ਤਾਂ ਉਹ ਤੁਹਾਡੀ ਜਿਹੜੇ ਪਿਟਸ ਨੇ ਉਹ ਹੌਲੀ ਹੌਲੀ ਭਰਨੇ ਸ਼ੁਰੂ ਹੋ ਜਾਂਦੇ ਆ। ਉਹਦੇ 'ਚ ਵੀ ਸਿਟਿੰਗ ਤੁਹਾਨੂੰ 5-6-7-8 ਕਰਾਉਣੀਆਂ ਪੈਂਦੀਆਂ। ਮਤਲਬ ਕੋਈ ਵੀ ਟ੍ਰੀਟਮੈਂਟ ਜਿਹੜਾ ਨਾ ਉਹਨੂੰ ਤੁਸੀਂ ਜਾਦੂ ਨਹੀਂ ਸਮਝਣਾ। ਇੱਕ ਆਰਟੀਫਿਸ਼ਲ ਪ੍ਰੋਸੈਸ ਅਤੇ ਨੈਚੁਰਲ ਪ੍ਰੋਸੈਸ ਦੋਨਾਂ ਦਾ ਕੋਂਬੀਨੇਸ਼ਨ ਬਣਾ ਕੇ ਜਿਹੜਾ ਕਹਿ ਸਕਦੇ ਹਾਂ ਵੀ ਇਹ ਚੀਜ਼ਾਂ ਜਿਹੜੀਆਂ ਨੇ ਹੀਲ ਹੋ ਲੈਣੀਆਂ ਟਾਈਮ ਦੇ ਨਾਲ, ਟਾਈਮ ਦੇ ਨਾਲ ਹੀਲ ਹੁੰਦੀਆਂ, ਬੋਡੀ ਦੀ ਹੀਲਿੰਗ ਪਾਵਰ ਹੁੰਦੀ ਹੈ। ਫਿਰ ਉਹਨਾਂ ਨੂੰ ਵਿਟਾਮਿਨ ਦੇਣੇ ਪੈਂਦੇ ਹੈ, ਉਹਨਾਂ ਦਾ ਅਗਰ ਬਲੱਡ ਕਿਸੇ ਦਾ ਹੀਮੋਗਲੋਬਿਨ 6-8 ਹੈਗਾ ਤਾਂ ਉਹ ਦਵਾਈਆਂ ਕੀ ਕਰਨਗੀਆਂ, ਸਾਡੀਆਂ ਚੀਜ਼ਾਂ ਕੁਛ ਨਹੀਂ ਕਰ ਸਕਦੀਆਂ। ਉਹਨਾਂ ਨੇ ਪਹਿਲਾਂ ਬਿਲਡਅਪ ਕਰਨਾ ਪੈਂਦਾ 11-12 ਹੀਮੋਗਲੋਬਿਨ ਜਾਂ ਹਾਈ ਪ੍ਰੋਟੀਨ ਡਾਇਟ, ਜਿਹੜੇ ਵੈਸ਼ਨੋ ਨੇ ਉਹਨਾਂ ਨੂੰ ਪਨੀਰ ਅਤੇ ਨਿਊਟਰੀ ਦੀ ਸਲਾਹ ਦਿੱਤੀ ਜਾਂਦੀ ਹੈ। ਜਿਵੇਂ ਕਿਸੇ ਦੇ ਵਾਲ ਝੜਦੇ ਆ, ਉਹਦਾ ਕਾਰਨ ਲੱਭਣਾ ਬਹੁਤ ਜ਼ਰੂਰੀ ਹੈ, ਖਾਸ ਕਰ ਲੇਡੀਜ਼ ਵਿੱਚ। ਲੇਡੀਜ਼ ਵਿੱਚ ਹੁੰਦਾ ਵੀ ਡਿਲੀਵਰੀ ਤੋਂ ਬਾਅਦ 3 ਮਹੀਨੇ ਬਾਅਦ ਵਾਲ ਝੜਦੇ ਝੜਦੇ ਆ, ਕਹਿੰਦੇ ਜੀ 6 ਮਹੀਨੇ ਬਾਅਦ ਝੜਦੇ, ਬੱਚਾ ਜੀ ਵੱਡਾ ਹੋ ਗਿਆ, ਬੋਲਣ ਲੱਗ ਗਿਆ, ਉਹ ਗੱਲਾਂ ਸਾਰੀਆਂ ਠੀਕ ਨੇ, ਪਰ ਉਹ ਵਾਲ ਕਈ ਵਾਰੀ ਆਉਂਦੇ ਹੀ ਨਹੀਂ। ਮਤਲਬ ਐਸੀ ਬਲੱਡ ਸਪਲਾਈ ਕੰਮ ਹੁੰਦੀ ਹੈ ਕਿ ਉਹ ਉਸ ਕੇਸ ਦੇ ਵਿੱਚ ਸਾਨੂੰ ਉਹਨਾਂ ਨੂੰ ਬਲੱਡ ਸਪਲਾਈ ਵਧਾਉਣ ਦੀਆਂ ਕੁਝ ਲੋਸ਼ਨਸ ਨੇ, ਮਿਨੋਕਸੀਡਿਲ ਹੈ, ਉਹ ਡਾਕਟਰ ਹੀ ਦਏਗਾ ਤੁਹਾਨੂੰ। ਉਹ ਲਗਾਉਣ ਦੇ ਨਾਲ ਬਲੱਡ ਸਪਲਾਈ ਵੱਧਦੀ ਹੈ ਅਤੇ ਤੁਹਾਡੇ ਪਰਮਾਨੈਂਟ ਵਾਲ ਆ ਜਾਂਦੇ ਆ। ਸੋ ਮਤਲਬ ਤੁਸੀਂ ਅਗਰ ਕਿਸੇ ਮਾਹਰ ਕੋਲ ਜਾਂਦੇ ਹੋ ਚਮੜੀ ਦੇ, ਤਾਂ ਮੇਰਾ ਨਹੀਂ ਖਿਆਲ ਕਿ ਤੁਹਾਨੂੰ ਕੋਈ ਦਿੱਕਤ ਆਏਗੀ, ਉਹ ਤੁਹਾਨੂੰ ਮਿਸਗਾਈਡ ਕਰੇ ਨਹੀਂ, ਕਦੀ ਨਹੀਂ ਕਰੇਗਾ, ਪਰ ਤੁਹਾਨੂੰ ਜਾਣਾ ਪ੍ਰੋਪਰ ਬੰਦੇ ਕੋਲ ਪਏਗਾ। ਪ੍ਰੋਫੈਸ਼ਨਲ ਜਿਹੜੇ ਨੇ ਉਹ ਵੀ ਵਧੀਆ ਤਰੀਕੇ ਦਾ ਹੋਣੇ ਚਾਹੀਦੇ ਤਾਂ ਜੋ ਐਡਵਾਈਸ ਸਹੀ ਮਿਲ ਸਕਦੀ ਹੈ। ਡਾਕਟਰ, ਇਹਦੇ ਵਿੱਚ ਕਈ ਵਾਰੀ ਹੁੰਦਾ ਆਪਾਂ ਘਰ ਦੇ ਵਿੱਚ ਨੈਚੁਰਲ ਰੈਮਡੀਜ਼ ਕਰਨੀਆਂ ਸ਼ੁਰੂ ਕਰ ਦਿੰਦੇ ਹਾਂ, ਜਿਵੇਂ ਸਕਿਨ ਦੀ ਡਰਾਈਨੈਸ ਹੋ ਗਈ, ਪਿੰਪਲਸ ਹੋ ਗਏ, ਸਾਰਾ ਕੁਛ ਬੇਸਣ ਕੋਲਿਆ ਦਹੀਂ ਲਗਾ ਲਈਏ, ਸਾਰੀਆਂ ਚੀਜ਼ਾਂ ਬੜੀਆਂ ਹੋਈਆਂ ਕਹਿ ਲਓ, ਪੇਰੈਂਟਸ ਵੀ ਦੱਸ ਦਿੰਦੇ ਆ, ਕੁਛ ਵੱਡੇ ਦੱਸ ਦਿੰਦੇ ਆ, ਅਤੇ ਉਹ ਸ਼ੁਰੂ ਕਰ ਦਿੰਦੇ ਆ, ਕਿੰਨਾ ਕੁ ਸਹੀ ਹੁੰਦਾ ਉਹਨਾਂ ਚੀਜ਼ਾਂ? ਉਹ ਤਾਂ ਦੇਖੋ ਸਾਨੂੰ ਸਾਰਿਆਂ ਨੂੰ ਰੁਕਣਾ ਪੈਂਦਾ ਹੈ, ਕਿਉਂਕਿ ਪਿੰਪਲਸ ਹੁੰਦੇ ਆ, ਲੋਕੀ ਨਾਰੀਅਲ ਤੇਲ ਮਾਰਨ ਲੱਗ ਜਾਂਦੇ ਆ। ਹੁਣ ਨਾਰੀਅਲ ਤੇਲ ਤਾਂ ਪਿੰਪਲ ਦੇ ਉੱਪਰ ਲਗਾਓਗੇ ਤਾਂ ਹੋਰ ਕਲੋਗ ਹੋ ਜਾਏਗਾ, ਤੁਹਾਡੇ ਜਿਹੜੇ ਸੈਲਸ ਨੇ ਤੁਹਾਡੇ ਉਹ ਬਿਲਕੁਲ ਵਿੱਚ ਵੜ ਜਾਣਗੇ, ਔਰ ਤੁਹਾਡੇ ਆਇਲ ਗਲੈਂਡ ਬੰਦ ਹੋ ਜਾਣਗੇ। ਉਹਦੇ 'ਚ ਤਾਂ ਤੇਲ ਲਗਾਉਣਾ ਹੀ ਨਹੀਂ, ਇਸ ਤਾਂ ਸਿਰ 'ਤੇ ਤੇਲ ਵੀ ਨਹੀਂ ਲਗਾਉਣ ਦਿੰਦੇ ਕਿਸੇ ਨੂੰ, ਕਿਉਂਕਿ ਜਿਹਦੇ ਸਿੱਕਰੀ ਹੈ ਨਾ ਲੋਕ ਉਹਦੇ ਤੇਲ ਲਾ ਕੇ ਹਟ ਜਾਏਗੀ, ਪਰ ਉਹ ਇੱਕ ਫੰਗਸ ਹੈ। ਉਹ 'ਚ ਤੁਹਾਨੂੰ ਕੀਟਾਕੋਨਾਜ਼ੋਲ ਸ਼ੈਂਪੂ ਜਾਂ ਕੁਛ ਵੀ ਤੁਹਾਨੂੰ ਲਗਾਤਾਰ ਕਈ ਮਹੀਨੇ ਸਾਲ ਲਗਾਉਣਾ ਪੈਂਦਾ, ਔਰ ਤੇਲ ਮਣਾ ਹੁੰਦਾ। ਸੋ ਇੱਕ ਕੁਝ ਗੱਲਾਂ ਪੁਰਾਣੀਆਂ ਜਿਹੜੀਆਂ ਬਣੀਆਂ ਉਹ ਗਲਤ ਵੀ ਹੈਗੀਆਂ। ਹੁਣ ਦੇਖੋ ਸਾਡੇ ਕੋਲ ਹੁਣ ਪੇਸ਼ੈਂਟ ਆਉਂਦੇ ਨੇ ਚਿਕਨ ਬੋਕਸ ਦੇ, ਪੜ੍ਹੇ ਲਿਖੇ ਲੋਕ ਨੇ, ਪੜ੍ਹੀਆਂ ਲਿਖੀਆਂ ਫੈਮਿਲੀ ਨੇ। ਮੈਂ ਕਿਤਾਬ ਦੇ ਵਿੱਚ ਅੱਜ ਤੋਂ 15-20 ਸਾਲ ਪਹਿਲਾਂ ਲਿਖਤਾ ਕਿ ਰੱਬ ਦਾ ਵਾਸਤਾ ਹੈ, ਮਾਤਾ ਨਹੀਂ ਹੈ ਚਿਕਨ ਬੋਕਸ, ਤੁਸੀਂ ਹਰਪੀਜ਼ ਦੋਸਤ ਜਨੇਊ ਹੈ, ਮਾਤਾ ਨਹੀਂ ਹੈ, ਪੂਜਾ ਪਾਠ ਨਾ ਕਰੋ ਮੰਦਰਾਂ 'ਚ, ਨਾ ਤੁਸੀਂ ਟਲੀਆਂ ਖੜਕਾਓ, ਕੋਈ ਫਰਕ ਨਹੀਂ ਪਿਆ। ਹਾਲੇ ਵੀ ਲੋਕ ਕਰਦੇ ਨੇ। ਹੁਣ ਮੈਂ ਕੀ ਕਹਿਣ ਲੱਗ ਗਿਆ ਕਿ ਤੁਸੀਂ ਮੰਦਰ ਵੀ ਜਾਓ, ਦਵਾਈ ਵੀ ਕਰੋ। ਹੁਣ ਕਿਹੜੀ ਕਹਿੰਦੇ ਜੀ ਮਾਤਾ ਨਾਰਾਜ਼ ਹੋ ਜਾਏਗੀ, ਮੈਂ ਕਿਹਾ ਵੀ ਫਿਰ ਮੇਰੇ ਕੋਲ ਨਾ ਆਓ, ਕਿ ਵੀ ਤੁਸੀਂ, ਮੈਂ ਤੁਹਾਨੂੰ ਮੰਦਰ ਜਾਣ ਨੂੰ ਰੋਕਦਾ, ਗੁਰਦੁਆਰੇ ਜਾਣ ਨੂੰ ਨਹੀਂ ਰੋਕਦਾ, ਜਿੱਥੇ ਮਰਜ਼ੀ ਜਾਓ, ਪਰ ਕਮ ਸੇ ਕਮ ਇਲਾਜ ਤਾਂ ਕਰੋ। ਅੱਛਾ, ਫਿਰ ਨਾ ਕੁੜੀਆਂ ਆਉਣਗੀਆਂ ਮੂੰਹ 'ਤੇ ਚਿਕਨ ਪੋਕਸ ਦੇ ਦਾਗ ਇੰਨੇ, ਮੈਰੀਜੇਬਲ ਏਜ ਹੈ, ਦਾਦੀ ਜੀ ਨੇ ਇਹਨੂੰ ਇਲਾਜ ਨਹੀਂ ਕਰਨ ਦਿੱਤਾ। ਮੈਂ ਕਿਹਾ ਜੀ ਹੁਣ ਦਾਦੀ ਜੀ ਨੂੰ ਪੁੱਛੋ ਵੀ ਇਹਦਾ ਵਿਆਹ ਕਿੱਦਾਂ ਕਰਨਾ ਹੈ। ਇੰਨਾ ਦੁੱਖ ਹੁੰਦਾ ਸਾਨੂੰ ਕਿ ਵੀ ਕਿੱਥੇ ਜ਼ਮਾਨੇ 'ਚ ਅਸੀਂ ਰਹਿ ਰਹੇ ਹਾਂ। ਇੰਨੀਆਂ ਵਧੀਆ ਦਵਾਈਆਂ ਆ ਗਈਆਂ ਨੇ, ਦਿਨ 'ਚ ਅੱਗੇ 5 ਗੋਲੀਆਂ ਖਵਾਉਂਦੇ ਸੀ, ਨਵੀਂ ਆ ਗਈ 3 ਗੋਲੀਆਂ ਖਵਾਉਣੀਆਂ 7 ਦਿਨ। ਚਿਕਨ ਪੋਕਸ ਖਤਮ, ਦਾਗ ਖਤਮ, ਖਾਰਿਸ਼ ਖਤਮ, ਪਤਾ ਨਹੀਂ ਲੱਗਦਾ ਕਿ ਹੋਇਆ, ਪਰ ਕੋਈ ਜਾਏਗਾ, ਕੋਈ ਇਲਾਜ ਕਰਾਏਗਾ ਤਾਂ ਹੀ ਹੋਏਗਾ ਨਾ। ਸੋ ਇਹ ਬੜੀ ਜ਼ਰੂਰੀ ਹੈ, ਲੋਕਾਂ ਨੂੰ ਜਾਗਰੂਕ ਕਰਨ ਦੀ ਬੜੀ ਲੋੜ ਹੈ ਕਿ ਬਹੁਤ ਸਾਰੀਆਂ ਬਿਮਾਰੀਆਂ ਜਿਹੜੀ ਅਸੀਂ ਵਹਿਮ ਭਰਮ ਦੇ ਵਿੱਚ ਹੈਗੇ ਹਾਂ ਉਹ ਇਹ ਗੱਲ ਨਹੀਂ ਹੈ। ਅੱਛਾ, ਇੱਕ ਜਿਵੇਂ ਫੁਲਵੈਰੀ ਹੈ, ਉਹਦੇ 'ਚ ਹੁੰਦਾ ਕਿ ਵੀ ਇਹ ਇੰਨੀ ਜਲਦੀ ਵੀ ਨਹੀਂ ਜਾਂਦੀ, ਲੋਕ ਇਹਨੂੰ ਖਾਨਦਾਨੀ ਰੋਗ ਮੰਨਦੇ ਆ, ਖਾਨਦਾਨੀ ਰੋਗ ਹੈ, ਕੁੜੀਆਂ ਦੇ ਵਿਆਹ ਨਹੀਂ ਹੁੰਦੇ, ਕਿਉਂਕਿ ਜੀ ਕਿਉਂਕਿ ਦੋ ਜਨਰੇਸ਼ਨ ਛੱਡ ਜਾਂਦੀ ਹੈ। ਅਤੇ ਇਹ ਮੈਂ ਲੋਕਾਂ ਨੂੰ ਸਮਝਾਉਂਦਾ ਕਿ ਵੀ ਤੁਸੀਂ ਇਸ ਬਿਨਾਂ 'ਤੇ ਕੁੜੀ ਨਹੀਂ ਛੱਡਣੀ, ਕਿ ਵੀ ਅਗਰ ਕੁੜੀ ਅੱਛੀ ਹੈ, ਪੜ੍ਹੀ ਲਿਖੀ ਹੈ, ਵੀ ਤੁਸੀਂ ਉਹਦੇ ਵੀ ਉਹਦੇ ਛੋਟਾ ਦਾਗ ਹੈ ਜਾਂ ਉਹਦੇ ਭਰਾ ਨੂੰ ਹੈ ਜਾਂ ਉਹਦੀ ਮਾਂ ਨੂੰ ਹੈ, ਥੋੜ੍ਹਾ ਜਿਹਾ ਜਾਗਰੂਕ ਹੋਣ ਦੀ ਲੋੜ ਹੈ। ਬਾਕੀ ਜੇ ਹੋ ਵੀ ਜਾਏਗੀ ਤਾਂ ਦਵਾਈਆਂ ਆ ਗਈਆਂ, ਸੋ 100 ਤਰ੍ਹਾਂ ਦੇ ਇਲਾਜ ਹੋ ਜਾਂਦੇ ਆ। ਇਸ ਤਰ੍ਹਾਂ ਤਾਂ ਖਾਂਦੇ ਨਹੀਂ, ਗੰਜੇ ਪਾਉਣ ਦੇ ਹਿਸਾਬ ਨਾਲ ਗੰਜੇ ਬੰਦੇ ਤਾਂ ਬੱਚੇ ਨਾਲ ਵਿਆਹ ਹੀ ਨਾ ਕਰੋ, ਅਤੇ ਇਸ ਕਰਕੇ ਹੁਣ ਤਾਂ ਉਹ ਜ਼ਮਾਨਾ ਬਦਲ ਗਿਆ। ਮੇਰੇ ਹਿਸਾਬ ਨਾਲ ਮਾਡਰਨ ਹੋਣ ਦੀ ਲੋੜ ਹੈ, ਤੁਸੀਂ ਪੁਰਾਣੀਆਂ ਆਪਣੀਆਂ ਕਦਰਾਂ ਕੀਮਤਾਂ ਰੱਖੋ, ਕੋਈ ਡਰ ਨਹੀਂ, ਪਰ ਤੁਸੀਂ ਆਪਣਾ ਇਹ ਨਾ ਸੋਚੋ ਕਿ ਵੀ ਹੁਣ ਮੈਂ ਦਵਾਈ ਕਰੂੰਗਾ,
ਹਾਂ ਬਸ ਸਲੂਸ਼ਨ ਹਰ ਚੀਜ਼ ਦਾ ਹੈਗਾ, ਪਰ ਮੰਨਣਾ ਪਏਗਾ, ਡਾਕਟਰ ਕੋਲ ਜਾਣਾ ਪਏਗਾ ਤੁਹਾਨੂੰ, ਇਹ ਬਹੁਤ ਜ਼ਰੂਰੀ ਹੈ। ਜਿਵੇਂ ਤੁਸੀਂ ਹੁਣ ਦੱਸਿਆ ਕਿ ਆਪਣੇ ਘਰਦਿਆਂ ਦੀ ਵੱਡਿਆਂ ਦੀ ਗੱਲਾਂ ਸੁਣ ਕੇ ਹਮੇਸ਼ਾ ਬੰਦਾ ਰੁਕ ਜਾਂਦਾ ਕਿ ਟ੍ਰੀਟਮੈਂਟ ਜਿਹੜੇ ਨੇ ਨਹੀਂ ਸਹੀ ਹੋਣੇ ਚਾਹੀਦੇ, ਜਾਂ ਕਈ ਵਾਰ ਇੱਦਾਂ ਹੁੰਦਾ ਕਿ ਇਹਦੀ ਲੋੜ ਕੀ, ਘਰ ਟ੍ਰੀਟਮੈਂਟ ਕਰ ਲਓ, ਬੱਚਿਆਂ ਦੇ ਵਿਆਹ ਦੇ ਕੋਲ ਆ ਕੇ ਲੱਗਦਾ ਕਿ ਹੁਣ ਸ਼ਾਇਦ ਸਾਨੂੰ ਡਾਕਟਰ ਕੋਲ ਜਾਣਾ ਪਏਗਾ, ਬਸ ਉਹ ਟਾਈਮ ਥੋੜ੍ਹਾ ਰਹਿ ਜਾਂਦਾ। ਫਿਰ ਉਹਨਾਂ ਨੂੰ ਚਾਹੀਦਾ ਹੁੰਦਾ ਕਿ 15 ਦਿਨਾਂ ਦੇ ਵਿੱਚ ਪ੍ਰੋਪਰ ਸਕਿਨ। ਬਸ ਮੈਂ ਤਾਂ ਕਹਿੰਦਾ ਵਿਹੜੇ ਜਨ ਵਿਨੋ ਕੁੜੀ ਦੇ ਕੰਨ, ਉਹੀ ਗੱਲ ਹੁੰਦੀ ਹੈ, ਹਫ਼ਤੇ ਪਹਿਲਾਂ ਆ ਜਾਣਗੇ ਜੀ ਕੁੜੀ ਬਿਲਕੁਲ ਠੀਕ ਕਰ ਦਿਓ। ਮੈਂ ਕਿਹਾ ਜੀ ਮੇਰੇ ਕੋਲ ਕੋਈ ਜਾਦੂ ਤਾਂ ਹੈਗਾ ਨਹੀਂ, ਹੁਣ ਜਿੰਨਾ ਮੈਂ ਜ਼ੋਰ ਲਗਾ ਸਕਦਾ ਲਗਾ ਦਾਂਗੇ, ਉਸ ਤੋਂ ਪਹਿਲਾਂ ਔਟ ਪੌਟ ਕਰੀ ਜਾਣੇ, ਟੀਕੇ ਲਾਈ ਜਾਣੇ। ਇੱਕ ਨਾ ਲੋਕਾਂ ਨੂੰ ਬੜੀ ਆਦਤ ਹੈ ਕਿ ਸਟੀਰੋਇਡ ਬਹੁਤ ਲਗਾਉਂਦੇ ਆ ਫੇਸ 'ਤੇ, ਉਹ ਇੰਨਾ ਜ਼ਿਆਦਾ ਹੋ ਗਿਆ। ਪੁੱਛੋ ਕਿੰਨੇ ਕਿਹਾ ਸੀ, ਸਹੇਲੀ ਨੇ ਕਿਹਾ ਸੀ, ਉਹਨੇ ਕਿਹਾ ਸੀ, ਕੈਮਿਸਟ ਨੇ ਕਿਹਾ ਸੀ। ਮੈਂ ਕਿਹਾ ਵੀ ਕੈਮਿਸਟ ਤਾਂ ਦਵਾਈਆਂ ਦੇਣ ਵਾਲਾ, ਡਾਕਟਰ ਨਹੀਂ ਹੈ ਉਹ, ਅਤੇ ਉਹ ਲੋਕ ਨਾ ਨਾਮ ਚਲੋ ਕੀ ਲੈਣਾ, ਹੁਣ ਦੁਨੀਆ ਦੇ ਹਰ ਤਰ੍ਹਾਂ ਦੇ ਸਟੀਰੋਇਡ ਮੂੰਹ ਦੇ ਉੱਤੇ ਲਾ ਕੇ ਆ ਜਾਂਦੇ ਨੇ। ਉਹ ਸਟੀਰੋਇਡ ਦਾ ਦਿੱਕਤ ਕੀ ਆਉਂਦੀ ਹੈ, ਇੱਕ ਟਿਊਬ ਨਹੀਂ ਉਹਨਾਂ ਨੇ, ਮਤਲਬ ਸਾਲ ਦੇ ਵਿੱਚ 10-12 ਟਿਊਬਾਂ ਲਾ ਲੈਣੀਆਂ। ਉਹਦੇ ਨਾਲ ਸਕਿਨ ਪਤਲੀ ਪੈ ਜਾਂਦੀ ਹੈ, ਚਿਹਰੇ 'ਤੇ ਵਾਲ ਆ ਜਾਂਦੇ ਹੈ, ਔਰ ਮੁੜ ਕੇ ਉਹ ਜਦੋਂ ਛੱਡਦੇ ਹਾਂ ਤਾਂ ਫਿਰ ਅੱਗ ਲੱਗ ਜਾਂਦੀ ਚਮੜੀ ਨੂੰ। ਫਿਰ ਸਾਨੂੰ ਬੜੇ ਮੁਸ਼ਕਲ ਨਾਲ ਉਹਨਾਂ ਨੂੰ 2-3 ਮਹੀਨੇ 4 ਮਹੀਨੇ ਐਸੀਆਂ ਸੂਦਿੰਗ ਦਵਾਈਆਂ ਦੇਣੀਆਂ ਪੈਂਦੀਆਂ, ਐਸੇ ਇਮੋਲੀਐਂਟ ਮੋਇਸਚਰਾਈਜ਼ ਦੇਣੇ ਪੈਂਦੇ ਜਿਹੜੇ ਕਿ ਮੂੰਹ ਦੇ ਉੱਤੇ ਪਿੰਪਲਸ ਨਾ ਕਰਨ, ਕੁਛ ਨਾ ਕਰਨ। ਪਰ ਲੋਕਾਂ ਨੂੰ ਇਹ ਪ੍ਰੋਬਲਮ ਵੱਧ ਰਹੀ ਹੈ, ਲੋਕ ਸਟੀਰੋਇਡ ਜ਼ਿਆਦਾ ਲਗਾਉਣ ਲੱਗੇ ਹੈ, ਕਿਉਂਕਿ ਤੁਸੀਂ ਅਗਰ 3 ਦਿਨ ਸਟੀਰੋਇਡ ਕਰੀਮ ਲਗਾਓਗੇ ਨਾ ਬਾਜ਼ਾਰੋਂ ਲੈ ਕੇ, ਤੁਹਾਡਾ ਫੇਸ ਇੰਨਾ ਦਗ ਦਗ ਕਰੇਗਾ, ਇੰਨਾ ਸੋਹਣਾ ਹੋ ਜਾਏਗਾ ਕਿ ਬੰਦਾ ਕਹਿੰਦਾ ਜੀ ਮੈਂ ਤਾਂ ਠੀਕ ਹੋ ਗਿਆ। ਅੱਛਾ ਜਦੋਂ ਬੰਦ ਕਰਦਾ ਕਾਲਾ ਹੋ ਜਾਂਦਾ, ਫਿਰ ਨਵੀਂ ਟਿਊਬ ਲਿਆਉਂਦੇ ਨੇ। ਲੋਕਾਂ ਨੇ ਤੁਸੀਂ ਮੰਨ ਸਕਦੇ ਹੋ 40-40 ਟਿਊਬਾਂ ਲਗਾਈਆਂ ਹੋਈਆਂ, ਲੋਕਾਂ ਨੇ ਮੈਨੂੰ ਮੰਨਿਆ, ਕਨਫੈਸ ਕੀਤਾ, ਅਤੇ ਉਸ ਤੋਂ ਬਾਅਦ ਜਦੋਂ ਆਏ ਨੇ ਮੈਂ ਕਿਹਾ ਜੀ ਹੁਣ 40 ਟਿਊਬਾਂ ਲਾਈਆਂ ਤਾਂ 40 ਹਫ਼ਤੇ ਦੇ ਦਿਓ ਮੈਨੂੰ ਠੀਕ ਕਰਨ ਨੂੰ। ਇਹ ਬੜੀ ਦਿੱਕਤ ਹੈ, ਕੋਈ ਵੀ ਚੀਜ਼ ਮੂੰਹ 'ਤੇ ਤੁਸੀਂ ਕਿਸੇ ਵੀ ਆਉਣ ਜਾਣ ਬੰਦੇ ਤੋਂ ਲੈ ਕੇ ਜਾਂ ਉਹਦੀ ਸਲਾਹ ਤੋਂ ਬਾਅਦ ਲਾਣੀ, ਜਾਂ ਤੁਸੀਂ ਕਈਆਂ ਥਾਵਾਂ 'ਤੇ ਜਾਂਦੇ ਲੋਕਾਂ ਨੇ ਨਾ ਕਰੀਮਾਂ ਡੱਬੀਆਂ 'ਚ ਬਣਾਈਆਂ ਹੋਈਆਂ, ਉਹ 'ਚ ਪੱਕਾ ਉਹਨਾਂ ਨੇ ਸਟੀਰੋਇਡ ਪਾਇਆ ਦੂਜੀ ਕਰੀਮ ਦੇ ਨਾਲ, ਜਿਹੜਾ ਨੈਚੁਰਲ ਗਰੋਥ ਦੂਜੇ ਦਿਨ ਆ ਜਾਂਦੀ ਹੈ, ਉਹ ਪਾਰਲਰ ਵਾਲੇ ਵੀ ਕਰਦੇ ਨੇ, ਉਹ ਵੀ ਕਰਦੇ ਨੇ। ਮੈਂ ਕਹਿੰਦਾ ਇਹ ਨਹੀਂ ਕਰਨਾ ਚਾਹੀਦਾ, ਤੁਸੀਂ ਜੋ ਦਿੰਦੇ ਹੋ ਪੇਸ਼ੈਂਟ ਨੂੰ, ਕਿਸੇ ਨੂੰ ਜਾਂ ਕਿਸੇ ਕਸਟਮਰ ਨੂੰ, ਉਹਦੇ ਉੱਤੇ ਲਿਖਿਆ ਹੋਵੇ ਵੀ ਉਹ 'ਚ ਕੀ ਹੈ, ਪਤਾ ਲੱਗੇ ਵੀ ਕਿਸ ਕਿਸਮ ਦਾ ਤੁਸੀਂ ਟ੍ਰੀਟਮੈਂਟ ਕਰ ਰਹੇ ਹੋ ਫੇਸ 'ਤੇ। ਜੇ ਤੁਹਾਨੂੰ ਪਤਾ ਨਾ ਲੱਗੇ ਵੀ ਕੀ ਲਾ ਰਹੇ ਹੋ, ਤਾਂ ਉਹ ਫਿਰ ਜਦੋਂ ਉਹਨੂੰ ਠੀਕ ਕਰਨਾ ਹੁੰਦਾ ਸਾਨੂੰ ਐਂਟੀਡੋਟ ਨਹੀਂ ਲੱਭਦਾ ਉਹਦਾ, ਵੀ ਉਹ 'ਚ ਸੀਗਾ ਕੀ, ਉਹਦਾ ਅਗੇਂਸਟ ਕੀ ਦਈਏ, ਇਹ ਪ੍ਰੋਬਲਮ ਹੈਗੀ ਹੈ। ਡਾਕਟਰ, ਜਿਹੜੇ ਸਕਿਨ 'ਤੇ ਇੱਕਦਮ ਰੈਸ਼ਿਜ਼ ਸ਼ੁਰੂ ਹੋ ਜਾਂਦੇ, ਕਈ ਵਾਰੀ ਇੱਦਾਂ ਹੁੰਦਾ ਕਿ ਘਰ ਕਹਿ ਦਿੰਦੇ ਏਵਨ ਦੀ ਗੋਲੀ ਖਾ ਲਓ ਜਾਂ ਸਿਟਰੀਜ਼ਨ ਖਾ ਲਓ, ਉਹ ਸਹੀ ਰਹਿੰਦਾ ਕਿ ਇੱਕਦਮ? ਨਹੀਂ ਦੇਖੋ, ਜਦੋਂ ਤੁਸੀਂ ਡਾਕਟਰ ਕੋਲ ਨਹੀਂ ਜਾ ਸਕਦੇ, ਏਵਲ ਸੇਫ ਹੈ, ਸਿਟਰੀਜ਼ਨ ਸੇਫ ਹੈ, ਲੋਰੈਟੀਡਿਨ ਸੇਫ ਹੈ, ਉਹ ਟਾਈਮ ਪਾਸ ਕਰਨ ਲਈ ਹੈ, ਤਾਂ ਕਿ ਤੁਸੀਂ ਉਸ ਟਾਈਮ ਕਰ ਲਓ ਅਤੇ ਉਹਦੇ 'ਚ ਕੋਈ ਨੁਕਸਾਨ ਨਹੀਂ। ਪਰ ਤੁਸੀਂ ਸਟੀਰੋਇਡ ਨਹੀਂ ਖਾਣਾ ਕੋਈ ਵੀ, ਔਰ ਉਸ ਤੋਂ ਬਾਅਦ ਤੁਹਾਨੂੰ ਜਲਦੀ ਤੋਂ ਜਲਦੀ ਡਾਕਟਰ ਦੀ ਸਲਾਹ ਲੈਣੀ ਜ਼ਰੂਰੀ ਹੈ। ਹੁਣ ਛਪਾਕੀ ਇੱਕ ਐਸੀ ਬਿਮਾਰੀ ਹੈ ਜਿਹਦੇ ਨਾਲ ਧੱਫੜ ਪੈ ਜਾਂਦੇ ਆ, ਬੁੱਲ ਸੁੱਜ ਜਾਂਦੇ ਹੈ, ਉਹ ਅਗਰ ਇਹੋ ਜਿਹੀ ਗੱਲ ਹੋਵੇ ਤਾਂ ਤੁਹਾਨੂੰ ਇਹ ਦਵਾਈਆਂ ਆਪਣੇ ਆਪ, ਕਿਉਂਕਿ ਫੋਰਨ ਦੇ ਵਿੱਚ ਵੀ OTC ਪ੍ਰੋਡਕਟ ਨੇ, ਤੁਸੀਂ ਜਾ ਕੇ ਬਿਨਾਂ ਡਾਕਟਰੀ ਸਲਾਹ ਦੇ ਲੈ ਸਕਦੇ ਹੋ, ਅਤੇ ਸੈਟਰੀਨ ਦੀ ਗੋਲੀ ਖਾ ਲਓਗੇ ਤੁਹਾਨੂੰ ਨੁਕਸਾਨ ਨਹੀਂ ਕਰੇਗੀ। ਪਰ ਉਹ ਲਗਾਉਂਦੇ ਖਾਣ ਦੇ ਬਾਅਦ ਤੁਸੀਂ ਸਵੇਰੇ ਉੱਠਦੇ ਆ ਸਾਰ ਪਹਿਲਾਂ ਡਾਕਟਰ ਕੋਲ ਜਾਓ, ਜੀ ਮੈਂ ਸੈਟਰੀਨ ਖਾਧੀ, ਮੈਂ ਨਾਲ ਹੀ ਠੀਕ ਹੋ ਗਿਆ ਜਾਂ ਨਹੀਂ ਹੋਇਆ, ਅਤੇ ਉਹ ਡਾਕਟਰ ਦੇਖੇਗਾ ਵੀ ਤੁਹਾਨੂੰ ਕੀ ਟੈਸਟ ਕਰਾਉਣਾ ਉਹਨੇ ਜਾਂ ਕੀ ਨਹੀਂ ਕਰਾਉਣਾ। ਉਹਦੀ ਸਲਾਹ ਨਾਲ ਕਈ ਵਾਰ ਛਪਾਕੇ ਦਾ ਇਲਾਜ ਵੈਸੇ 3-4 ਮਹੀਨੇ ਦਾ ਹੁੰਦਾ ਲਗਾਤਾਰ, ਅਤੇ ਉਹਦਾ ਕਾਰਨ ਲੱਭਣਾ ਪੈਂਦਾ ਵੀ ਸਾਹ ਨਾ ਹੋ ਰਹੀ ਹੈ ਕਿ ਕਿਸੇ ਹੋਰ ਐਲਰਜੀ ਨਾਲ, ਕੋਈ ਦਵਾਈਆਂ ਦੀ ਐਲਰਜੀ ਹੁੰਦੀ ਹੈ। ਫੂਡ ਐਲਰਜੀ ਬਹੁਤ ਘੱਟ ਹੁੰਦੀ ਹੈ, ਲੋਕ ਨਾ ਫੂਡ ਦੇ ਟੈਸਟ ਕਰਾਉਣ ਲੱਗ ਗਏ ਬਹੁਤ, 2-2 ਹਜ਼ਾਰ ਦੇ ਐਲਰਜੀ ਟੈਸਟ, ਉਹਦੀ ਕੋਈ ਵੈਲਿਊ ਨਹੀਂ ਹੈ। ਮੈਂ ਲੋਕਾਂ ਨੂੰ ਸਾਰਿਆਂ ਨੂੰ ਕਹਿੰਦਾ ਉਹ ਟੈਸਟ ਨਹੀਂ ਕਰਾਉਣੇ। ਉਹ ਇੰਨੀਆਂ ਫੁੱਲ ਪੇਜ ਐਡ ਆਉਂਦੀਆਂ ਨੇ ਅਖਬਾਰਾਂ ਵਿੱਚ ਕਿ ਜੀ ਐਲਰਜੀ ਸੈਂਟਰ, ਸਾਰੀ ਐਲਰਜੀ, ਉਹ ਜਿੰਨੀ ਵੀ ਤੁਹਾਨੂੰ ਐਲਰਜੀ ਕਹਿੰਦੇ ਆ ਜੀ ਆਹ ਨਹੀਂ ਖਾਣਾ, ਉਹ ਨਹੀਂ ਖਾਣਾ, ਤੁਸੀਂ ਬੰਦ ਕਰਕੇ ਦੇਖ ਲਓ, ਕੋਈ ਫਰਕ ਨਹੀਂ ਪੈਂਦਾ। ਸੋ ਇਟ ਇਜ਼ ਬੈਟਰ ਕਿ ਤੁਸੀਂ ਡਾਕਟਰੀ ਸਲਾਹ ਨਾਲ, ਜਿਹੜਾ ਟੈਸਟ ਹੈ, ਕਈ ਵਾਰ ਯੂਰੀਨ ਇਨਫੈਕਸ਼ਨ ਹੁੰਦੀ ਹੈ ਤਾਂ ਵਿੱਚ ਪੱਕੀ ਆ ਜਾਂਦੀ ਹੈ, ਬਲੱਡ 'ਚ ਇਨਫੈਕਸ਼ਨ ਹੁੰਦੀ ਹੈ, ਅਗਰ ਉਹਦਾ ਇਲਾਜ ਕਰਦੇ ਪੇਸ਼ੈਂਟ ਠੀਕ ਹੋ ਜਾਂਦਾ ਹੈ। ਬੱਚਿਆਂ 'ਚ ਪੇਟ 'ਚ ਮਲੱਪ, ਪੇਟ 'ਚ ਕੀੜੇ, ਉਹਨਾਂ ਦੀ ਦਵਾਈ ਇੱਕੋ ਗੋਲੀ ਹੁੰਦੀ ਬਸ, ਉਹ ਤੁਸੀਂ ਦਿੱਤੀ, ਬੱਚਾ ਠੀਕ ਹੋ ਜਾਂਦਾ।
ਸੋ ਮਤਲਬ ਅਗਰ ਤੁਸੀਂ ਨਿਸ਼ਾਨੇ 'ਤੇ ਤੀਰ ਲਾਓਗੇ ਤਾਂ ਫਟਾਫਟ ਠੀਕ ਹੋ ਜਾਓਗੇ, ਨਹੀਂ ਤਾਂ ਫਿਰ ਦੁਨੀਆ ਭਰ ਦੀਆਂ ਖਾ ਲਓ ਦਵਾਈਆਂ, ਭਾਰ ਵਧਾ ਲਓ, ਮੂੰਹ 'ਤੇ ਵਾਲ ਆ ਜਾਣਗੇ, ਭਾਰ ਵਜ ਗੋਡੇ ਖਰਾਬ ਹੋ ਜਾਣਗੇ, ਸਾਰਾ ਕੁਛ ਹੋ ਜਾਂਦਾ ਫਿਰ। ਲਾਸਟ ਕੀ ਮੈਸੇਜ ਦੇਣਾ ਚਾਹੁੰਦੇ ਹੋ ਬੀਇੰਗ ਅ ਡਰਮਾਟੋਲੋਜਿਸਟ, ਜੇ ਤੁਸੀਂ ਤੁਸੀਂ ਦੇਖਦੇ ਹੋ ਬਹੁਤ ਸਾਰੇ ਪੇਸ਼ੈਂਟ ਤੁਹਾਡੇ ਕੋਲ ਨਾ ਇਹੋ ਜਿਹੀਆਂ ਪ੍ਰੋਬਲਮਸ ਲੈ ਕੇ ਆਉਂਦੇ ਜਿਹੜੇ ਸ਼ਾਇਦ ਤੁਸੀਂ ਸੋਚਦੇ ਹੋਗੇ ਕਿ ਇਹ ਬਸ ਇੰਟਰਨੈਟ ਦੇ ਜ਼ੋਰ ਹੈ, ਇਹਨਾਂ ਦੇ ਉੱਤੇ ਗੋਲ ਗੋਲ ਚੀਜ਼ਾਂ ਘੁੰਮਦੀਆਂ ਨੇ ਅਤੇ ਉਹ ਤੁਹਾਡੇ ਕੋਲ ਲੈ ਕੇ ਆ ਜਾਂਦੇ। ਮੈਂ ਇਹ ਕਹਿੰਦਾ ਕਿ ਵੀ ਤੁਸੀਂ ਜੋ ਵੀ ਯੂਟਿਊਬ 'ਤੇ ਆਉਂਦਾ ਉਹਨੂੰ ਬਿਲੀਵ ਨਾ ਕਰੋ, ਲੋਕ ਯੂਟਿਊਬ 'ਤੇ ਕੋਈ ਕੁਛ ਵੀ ਪਾ ਦਿੰਦਾ ਅਤੇ ਤੁਸੀਂ ਉਹਨੂੰ ਮੂੰਹ ਦੇ ਉੱਤੇ ਸ਼ਹਿਦ ਮਰਨ ਲੱਗ ਜਾਓ, ਠੀਕ ਹੈ, ਰੋਜ਼ ਵਾਟਰ ਨਾਲ ਕਰ ਲਓ, ਜਾਂ ਲੋਕਾਂ ਨੇ ਸਿਰ ਦੇ ਵਾਲ ਝੜਦੇ ਪਿਆਜ਼ ਦਾ ਪਾਣੀ ਲਾਈ ਜਾਂਦੇ ਹੈ, ਇਹ ਸਾਰੀਆਂ ਚੀਜ਼ਾਂ ਦੀ ਡਾਕਟਰੀ 'ਚ ਕੋਈ ਅਹਿਮੀਅਤ ਨਹੀਂ ਹੈ। ਤੁਸੀਂ ਜਦੋਂ ਵੀ ਕਿਸੇ ਪ੍ਰੋਬਲਮ ਹੁੰਦੀ ਹੈ ਤੁਸੀਂ ਪਹਿਲਾਂ ਆਪਣੇ ਵਿਸ਼ੇਸ਼ਕ ਜਨਰਲ ਪੀਡੀਸ਼ੀਅਨ ਦਿਖਾਓ ਜਿਹੜਾ MBBS ਹੋਵੇ, ਉਹ ਤੁਹਾਨੂੰ ਗਾਈਡ ਕਰੇਗਾ। ਅਗਰ ਉਹਨੂੰ ਲੱਗਦਾ ਕਿ ਉਹਦੀ ਸਮਝ ਨਹੀਂ ਆਉਂਦਾ ਤਾਂ ਤੁਹਾਨੂੰ ਤੁਸੀਂ ਸਿੱਧੇ ਸਕਿਨ ਵਾਲੇ ਕੋਲ ਆ ਜਾਓ ਜਾਂ ਉਹਦੇ ਕਹਿਣ 'ਤੇ ਆ ਜਾਓ, ਪਰ ਕਿਸੇ ਵੀ ਤੁਸੀਂ ਮਾਹਰ ਦੀ ਸਲਾਹ ਲੈਣੀ ਹੈ, ਤੁਸੀਂ ਆਪਣੀ ਮਰਜ਼ੀ ਨਾਲ ਕੋਈ ਵੀ ਔੜ ਪੌੜ ਨਹੀਂ ਕਰਨਾ। ਕਈ ਵਾਰੀ ਔੜ ਪੌੜ ਬਹੁਤ ਮਹਿੰਗੇ ਪੈ ਜਾਂਦੇ ਆ। ਬਹੁਤ ਬਹੁਤ ਧੰਨਵਾਦ ਸਰ, ਹੋਰ ਵੀ ਬਹੁਤ ਸਾਰੇ ਟੋਪਿਕਸ ਬਿਲਕੁਲ ਅਸੀਂ ਡਿਸਕਸ਼ਨ ਵੀ ਕਰਾਂਗੇ। ਤੁਹਾਡੇ ਜਿਹੜੇ ਵੀ ਸਵਾਲ ਨੇ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ, ਅਸੀਂ ਉਹਨਾਂ ਦੇ ਜਵਾਬ ਲੈਣ ਵਾਸਤੇ ਡਾਕਟਰ ਸਾਹਿਬ ਕੋਲ ਫਿਰ ਇੱਕ ਵਾਰ ਪਹੁੰਚਾਂਗੇ ਹੋਰ ਵਧੇਰੀ ਵੀਡੀਓਜ਼ ਲਈ। ਤੁਸੀਂ ਦੇਖਦੇ ਰਹੋ ਲੁਧਿਆਣਾ ਟਾਈਮਸ, ਕੈਮਰਾਮੈਨ ਬਲਵਿੰਦਰ ਦੇ ਨਾਲ ਮੈਂ ਪ੍ਰਬਲੀਨ ਕੌਰ।